मैं शीशियां पीना होंदा, मैं टीके लाना, मैं इत्थे आउंदा, मैं देखना सी यार मेरा चिट्टा मुक गया, कल दा जगाड़ किवें करना है, बेबे दे संदूक चो किवें पैसे कढ़ां, घरों कणक किवें बेचां, जे घरों दाणे मुक गए राह जांदा राहगीर किवें लुटना, एटीएम किवें भरना, मेरी सोच उत्थे उलझ जाणी। वो चाहुंदे ने वी उहदी सोच नौजवान दी उत्थे उलझा दिओ, इह अपने हक्कां प्रति जागरूक होणी ना। आनंदपुर साहब दा मता 18 मते 18 मंगां केड़ियां ने लै के जरूर पड़े, ਉਹ ਮਤੇ ਨੂੰ ਇਸ ਕਰਕੇ ਪ੍ਰਚਾਰਿਆ ਗਿਆ ਕਿ ਸਿੱਖਾਂ ਦਾ ਮਤਾ ਜੀ, ਸਿੱਖ ਅਲੈਦਗੀ ਦੀ ਗੱਲ ਕਰਦੇ ਨੇ, ਸਿੱਖ ਆਪਣੀ ਖੁਦਮੁਖਤਿਆਰੀ ਦੀ ਗੱਲ ਕਰਦੇ ਨੇ, ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਜਾਣ ਬੁੱਝ ਕੇ ਇੱਕ ਇੱਕ ਧੜੇ ਨਾਲ ਜੋੜ ਦਿੱਤਾ ਗਿਆ, ਇੱਕ ਤਬਕੇ ਨਾਲ ਜੋੜ ਦਿੱਤਾ ਗਿਆ, ਉਹਨੂੰ ਫਿਰਕੂ ਬਣਾ ਦਿੱਤਾ ਗਿਆ। ਹਾਲਾਂਕਿ ਆਨੰਦਪੁਰ ਸਾਹਿਬ ਦਾ ਮਤਾ ਇਹੀ ਗੱਲਾਂ ਕਰਦਾ ਹੈ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬੀ ਬੋਲੀ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਚੰਡੀਗੜ੍ਹ ਦੀ ਗੱਲ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ, ਫੈਡਰਲ ਢਾਂਚੇ ਦੀ ਗੱਲ, ਕੋਈ ਵੀ ਸੂਬਾ ਤੈਅ ਕਰੂਗਾ ਆਪਣੀਆਂ ਫਸਲਾਂ ਦੇ ਭਾਅ, ਇਹ ਉਹ ਚ ਮੰਗ ਹੈ। ਉਹ ਸਾਰੀਆਂ ਹੀ ਮੰਗਾਂ ਜਿਹੜੀਆਂ ਅੱਜ ਅਸੀਂ ਲੈ ਕੇ ਬੈਠੇ ਹਾਂ ਉਹ 73-78 ਦੇ ਵਿੱਚ ਆਈਆਂ ਹੋਈਆਂ। ਆ ਆਰਐਸ ਦੇ ਗੁੰਡੇ ਨੇ ਜਿਹੜੇ ਸਾਡੇ ਉੱਤੇ ਬੈਠੇ ਸਿੰਘਾਂ ਨੂੰ ਪੁੱਟਦੇ ਨੇ, ਸੱਤਾਂ ਬਾਹਾਂ ਤੋੜੀਆਂ ਜਿਹੜੇ 328 ਸਰੂਪ ਗਾਇਬ ਹੋਏ ਉਹਨਾਂ ਦਾ ਅੱਜ ਇਨਸਾਫ ਮੰਗਣ ਲਈ ਜਿਹੜੇ ਉੱਥੇ ਜਥੇਬੰਦੀਆਂ ਵਾਲੇ ਬੈਠੇ ਸੀ, ਸਿੱਖ ਬੈਠੇ ਸੀ, ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਉੱਥੇ, ਔਰਤਾਂ ਨੇ ਮਤਲਬ ਕਿ ਬੁਰੇ ਅਪ ਸ਼ਬਦ ਬੋਲੇ ਕੇ ਜਲੀਲ ਕੀਤਾ ਗਿਆ ਔਰਤਾਂ ਨੂੰ ਉੱਥੇ। ਸਾਡੇ ਹਾਲਾਤ ਬੜੇ ਇੱਧਰੋਂ ਵੀ ਮਾੜੇ ਆ, ਬੜੀਆਂ ਅਸੀਂ ਪੁੱਜੀ ਜਾਂਦੇ ਹਾਂ, ਡੇਰਿਆਂ 'ਚ ਅਸੀਂ ਤੁਰੇ ਫਿਰਦੇ ਹਾਂ, ਗਾਤਰੇ ਸਾਡੇ ਪਾਏ ਹੁੰਦੇ ਆ, ਕਣਕੇ ਗੁਰਦੁਆਰੇ ਜਾਂਦੇ ਹਾਂ, ਦੁਪਹਿਰੇ ਕੇ ਡੇਰੇ 'ਤੇ ਉਹਨੇ ਆਪਣੇ ਇਹਦੇ ਰਸਤੇ 'ਤੇ ਬੈਠੇ ਹੁੰਦੇ ਹਾਂ। ਅੱਜ 40-40 ਸਾਲ ਹੋ ਗਏ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ, ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਸਾਡੀ ਕੌਮ ਦੀ ਖਾਤਰ ਆਪਣੇ ਘਰ ਤਬਾਹ ਕਰ ਲਏ, ਕੋਈ ਛੁੱਟੀ ਨਹੀਂ, ਰਿਹਾਈ ਦਾ ਦੂਰ ਦੀ ਗੱਲ ਹੈ। ਇਹਨਾਂ ਦੇ ਬੰਦੇ ਬਲਾਤਕਾਰ ਕਰਕੇ ਬਾਹਰ ਆਏ ਨੇ 2-3 ਮਹੀਨੇ ਦੇ ਵਿੱਚ, 47 ਤੋਂ ਲੈ ਕੇ ਤੁਸੀਂ ਦੇਖੋ ਪੰਜਾਬ ਵੰਡਿਆ ਗਿਆ, ਇਸ ਭਾਰਤ ਦਾ ਹੋਰ ਕੋਈ ਸੂਬਾ ਵੰਡਿਆ ਗਿਆ, ਬੰਗਾਲ ਵੰਡਿਆ ਗਿਆ ਜਾਂ ਪੰਜਾਬ ਵੰਡਿਆ ਗਿਆ? ਸਾਡੀ ਧਰਤੀ ਬਣਤੀ, ਸਾਡੇ ਪਾਣੀ ਬਣਤੇ, ਸਾਡਾ ਸਾਡੀ ਵਿਰਾਸਤ ਬਣਤੀ, ਸਾਡਾ ਭਾਈਚਾਰਾ ਬਣਤਾ, ਸਾਡੀ ਬੋਲੀ ਬਣਤੀ, 10 ਲੱਖ ਬੰਦੇ ਦਾ ਕਤਲ ਹੋਇਆ, ਇੱਜ਼ਤਾਂ ਲੁੱਟੀਆਂ ਗਈਆਂ, ਉੱਜੜਨਾ ਪਿਆ, ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਉਜਾੜਾ ਹੋਇਆ ਇਤਿਹਾਸ ਦੇ ਵਿੱਚ, ਉਹ 47 ਚ ਹੋਇਆ। ਉਹਨਾਂ ਨੇ ਸ਼ਰੇਆਮੇ ਗੱਲ ਕਹਿਤੀ ਯੂਨੀਵਰਸਿਟੀ ਦੇ ਵਿੱਚ ਹਰਮਨ ਵਰਗੇ ਖੜੇ, ਉਹਨੂੰ ਪਤਾ ਹੈ ਕਿ ਜੇ ਅਸੀਂ ਕਸ਼ਮੀਰ ਦੇ ਵਿੱਚ 370 ਤੋੜ ਸਕਦੇ ਹਾਂ ਤਾਂ ਯੂਨੀਵਰਸਿਟੀ ਕੀ ਚੀਜ਼ ਹੈ, ਸੈਨੇਟਰ ਨੂੰ ਤੋੜਨਾ ਕਿੱਡੀ ਗੱਲ ਹੈ। ਤੁਸੀਂ ਦੇਖੋ ਕਿ ਬਖਲਾੜ ਦਾ ਨਤੀਜਾ ਹੈ ਕਿ ਕਦੇ ਇਹ 1 ਕਰੋੜ ਰੁਪਇਆ ਜੁਰਮਾਨਾ ਰੱਖ ਰਹੇ ਨੇ, ਕਦੇ ਇਹ ਜਿਹੜਾ ਵਿਕਾਸ ਫੰਡ ਹੈ ਪੇਂਡੂ ਵਿਕਾਸ ਫੰਡ ਉਹ ਰੋਕ ਰਹੇ ਨੇ, ਕਦੇ ਰੇਲ ਗੱਡੀਆਂ ਰੋਕ ਰਹੇ ਨੇ। ਪਤਾ ਇਹਨਾਂ ਨੂੰ ਵੀ ਹੈ ਕਿ ਪੰਜਾਬ ਜਿਹੜਾ ਲੜਾਈ ਲੜੂਗਾ, ਪੰਜਾਬ ਕਦੇ ਵੀ ਕੋਈ ਲੜਾਈ ਹਾਰਿਆ ਨਹੀਂ। ਜੇ ਅੱਜ ਅਸੀਂ ਹਾਰ ਰਹੇ ਹਾਂ ਨਾ, ਲਗਾਤਾਰ ਦਿੱਲੀ ਤੋਂ ਹਾਰ ਰਹੇ ਹਾਂ, ਤਾਂ ਆਪਣੇ ਗਦਾਰਾ ਕਰਕੇ ਹਾਰ ਰਹੇ ਹਾਂ, ਜਿਹੜੇ ਸਾਡੇ ਬਣ ਕੇ ਸਾਡੇ ਵੱਲੋਂ ਹਮੇਸ਼ਾ ਆਪਾਂ ਨੂੰ ਲੱਗਦਾ ਰਿਹਾ ਕਿ ਸਾਡੀ ਤਰਜਮਾਨੀ ਕਰਦੇ ਆ, ਸਾਡੀ ਅਗਵਾਈ ਕਰਦੇ ਆ, ਪਰ ਹਮੇਸ਼ਾ ਦਿੱਲੀ ਦੀ ਝੋਲੀ ਜਾ ਕੇ ਡਿੱਗਦੇ ਝੁਕਦੇ ਰਹੇ। ਸਾਡੇ ਹਾਲਾਤ ਭਰਾਵੋ ਇਹ ਹੋਏ ਪਏ ਆ, ਇੱਕ ਵਾਰੀ ਜਵਾਕ ਨੂੰ ਸਕੂਲ ਪਾਤਾ, ਸਾਲ ਬਾਅਦ ਜਾਂਦੇ ਹੁੰਦੇ ਆ, ਸਾਡੇ ਦੇ 90 ਆ ਗਏ, ਸਾਡੇ ਦੇ 95 ਆ ਗਏ, 98 ਆ ਗਏ, ਲੱਡੂ ਲਿਆ ਕੇ ਵੰਡਦੇ ਨੇ ਵੀ ਸਾਡਾ ਜਵਾਕ ਪਾਸ ਹੋ ਗਿਆ। ਸਾਡੇ ਜਵਾਕ ਨੂੰ ਕੀ ਪੜ੍ਹਾਇਆ ਜਾ ਰਿਹਾ, ਕੀ ਸਿਖਾਇਆ ਜਾ ਰਿਹਾ, ਕਿਹੜੀਆਂ ਕਦਰਾਂ ਕੀਮਤਾਂ ਭਰੀਆਂ ਜਾ ਰਹੀਆਂ, ਕੀ ਉਹਨੂੰ ਸਮਾਜ ਦੇ ਵਿੱਚ ਚੰਗਾ ਨਾਗਰਿਕ ਬਣਾਇਆ ਜਾ ਰਿਹਾ, ਕੀ ਇਤਿਹਾਸ ਨੂੰ ਤੋੜਿਆ ਤਾਂ ਨਹੀਂ ਜਾ ਰਿਹਾ, ਇਤਿਹਾਸ ਪੜ੍ਹਾਇਆ ਜਾ ਰਿਹਾ, ਉਹ ਅਸੀਂ ਕੋਈ ਨਹੀਂ ਪੌਦਾ। ਸਾਡਾ ਇਤਿਹਾਸ ਤੋੜ ਮਰੋੜ ਕੀ ਸਾਨੂੰ ਸਾਡੇ ਜਵਾਕਾਂ ਨੂੰ ਪੜ੍ਹਾ ਰਹੇ ਨੇ? 5ਵੇਂ ਪਾਤਸ਼ਾਹੀ ਕਹਿੰਦੇ ਜੀ ਖੁਦਕੁਸ਼ੀ ਕਰ ਗਏ ਸੀ, 6ਵੇਂ ਪਾਤਸ਼ਾਹੀ ਦਾ ਜੀ ਦਿਮਾਗ ਹਿੱਲ ਗਿਆ ਸੀ, 10ਵੇਂ ਪਾਤਸ਼ਾਹੀ ਦਾ ਕਹਿੰਦੇ ਜੀ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜੇ ਹੋ ਗਏ ਸੀ, ਸਾਡੇ ਜਵਾਕਾਂ ਨੂੰ ਇਹ ਪੜ੍ਹਾਇਆ ਜਾ ਰਿਹਾ। ਸਾਡੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ, ਚਿਤੌੜ ਦੀ ਕੱਚੀ ਗੜੀ ਦੇਖ ਲਓ, ਸਰਹੰਦ ਦੀ ਦੀਵਾਰ ਦੇਖ ਲਓ, ਆਨੰਦਪੁਰ ਸਾਹਿਬ ਦੇ ਕਿਲੇ ਦੇਖ ਲਓ, ਅਬੁੰਗੇ ਦੇਖ ਲਓ, ਆ ਜਿੰਨੀਆਂ ਸਾਡੀਆਂ ਦਰਸ਼ਨੀ ਡਿਉੜੀਆਂ ਸੀ ਉਹ ਦੇਖ ਲਓ, ਕੋਈ ਬਚੀ ਹੈ? ਜਦੋਂ ਆਉਣ ਵਾਲੇ 100 ਸਾਲ ਨੂੰ ਇੱਥੇ ਤੂੰ ਮੇਰੇ ਵਰਗਾ ਖੜ ਕੇ ਬੋਲਦਾ ਹੋਊਗਾ ਕਿ ਚਲੋ ਮੈਂ ਤੁਹਾਨੂੰ ਦਿਖਾਵਾਂ ਸਾਡਾ ਸਰਹੰਦ ਦੀ ਦੀਵਾਰ ਬੋਲਦੀ ਹੈ, ਸਾਡੀਆਂ ਕੁਰਬਾਨੀਆਂ, ਆਨੰਦਪੁਰ ਸਾਹਿਬ ਦੇ ਕਿਲੇ ਬੋਲਦੇ ਨੇ, ਚਮਕੌਰ ਦੀ ਕੱਚੀ ਗੜੀ ਬੋਲਦੀ ਹੈ,
ਤਾਂ ਮੈਨੂੰ ਉਦੋਂ ਦੱਸੋ ਕਿ ਉਧਰੋਂ ਕਿਤਾਬਾਂ ਦੇ ਵਿੱਚ ਕੁਝ ਹੋਰ ਗੜਬੜ ਕੀਤੀ ਪਈ ਹੋਣੀ ਹੈ ਤਾਂ ਸਾਡੇ ਜਵਾਕ ਨੇ ਕਹਿਣਾ ਠੀਕ ਆ ਬਾਪੂ ਮੈਂ ਜਾ ਕੇ ਦੇਖ ਕੇ ਆਉਣਾ ਪਰ ਕਿਤਾਬ ਤਾਂ ਇੱਥੇ ਹੋਰ ਬੋਲਦੀ ਹੈ ਉੱਥੇ ਵੀ ਗੁਰਦੁਆਰਾ ਬਣਾਇਆ ਪਿਆ ਹੈ ਜਵਾਕ ਨੇ ਮੰਨਣਾ ਨਹੀਂ ਸਾਡੇ ਨੇ ਬਾਪੂ ਝੂਠ ਬੋਲਦਾ ਕਿਤਾਬ ਸਹੀ ਬੋਲਦੀ ਹੈ ਜਿਹੜੀਆਂ ਕਿਤਾਬਾਂ 'ਚ ਇਹ ਗੜਬੜਾਂ ਕਰਦੇ ਆ ਕਿ ਉੱਥੇ ਜਿਹੋ ਜਿਹਾ ਗੁਰਦੁਆਰਾ ਸਾਡੇ ਪਿੰਡ ਆ ਅਤੇ ਉਹਦੇ ਗੁਰਦੁਆਰਾ ਐਡੀ ਬੁਰੀ ਨਜ਼ਰ ਆ ਇਸ ਸਮੇਂ ਆਰ ਐਸ ਬੀਜੇਪੀ ਦੀ ਬਹੁਤ ਬੁਰੀ ਮਿੱਟੀ ਬੈਠੇ ਆ ਸਾਡੇ ਪੰਜਾਬ ਦੇ ਖਿਲਾਫ਼ ਸਾਡੇ ਖਿਲਾਫ਼ ਉਹ ਕਹਿੰਦਾ ਦੇਖੋਗੇ ਆਉਣੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਕੀ ਕਰਦੇ ਉਹ ਦੇਖ ਲਓ ਤੁਸੀਂ ਕਸ਼ਮੀਰ ਦੇ ਹਾਲਾਤ ਦੇਖ ਲਓ ਜ਼ਰੂਰ ਸਾਲ ਹੋ ਗਿਆ ਵਿਚਾਰਿਆਂ ਨੂੰ ਤਾੜਿਆ ਹੋਇਆ ਨੂੰ ਅੰਦਰ ਆਹ ਕੱਲ੍ਹ ਮਾੜੇ ਜਿਹੇ ਨਿਕਲੇ ਸੀ ਵਿਰੋਧ ਕਰਨ ਲੱਗੇ ਸੀ ਉਹਨਾਂ ਨੇ ਜਦੋਂ ਆਪਣਾ ਕਾਨੂੰਨ ਇੱਕ ਹੋਰ ਬਣਾਇਆ ਕਿ ਕੋਈ ਬੰਦਾ ਜੰਮੂ ਕਸ਼ਮੀਰ ਜ਼ਮੀਨ ਖਰੀਦ ਸਕਦਾ ਜਾ ਕੇ ਫਿਰ ਡੱਕ ਕੇ ਫੜ ਕੇ ਅੰਦਰ ਡੱਕ ਦਿੱਤੇ ਦੇਸ਼ ਪੰਜਾਬ ਤੇ ਪੰਜਾਬੀਆਂ ਦੇ ਵਾਸੋ ਵਾਈ ਕਨਵਰ ਨੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਗੱਲਾਂ ਦੱਸੀਆਂ ਨੇ ਉਦੋਂ ਪਹਿਲਾਂ ਹਰਫ ਨੇ ਬੋਲਿਆ ਕਿ ਅਸੀਂ ਪੰਜਾਬ ਦੇ ਕੋਨੇ ਕੋਨੇ 'ਚ ਜਾਂਦੇ ਹਾਂ ਹਰ ਰੋਜ਼ ਤੇ ਸਮਝਾਉਂਦੇ ਫਿਰਦੇ ਹਾਂ ਹੋਕਾ ਦਿੰਦੇ ਫਿਰਦੇ ਹਾਂ ਸੋ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਨੇ ਜਿਹੜੇ ਜਾਂ ਪੰਜਾਬ ਦੇ ਨੌਜਵਾਨ ਆ ਨੌਜਵਾਨ ਨੇ ਹਲੇ ਪਤਾ ਸਾਨੂੰ ਹੈਗਾ ਪਰ ਉਹ ਜਜ਼ਬਾ ਉਹ ਜਨੂਨ ਆ ਜਿਹੜਾ ਉਹ ਹਲੇ ਪੈਦਾ ਕਰਨਾ ਪੈਣਾ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਇਹ ਲੜਾਈ ਹੈ ਨਾ ਇਹ ਲੜਾਈ ਲੜੇ ਬਿਨਾਂ ਗੁਜ਼ਾਰਾ ਹੋਣਾ ਨਹੀਂ ਮੈਂ ਕੱਲ੍ਹ ਕਿਸੇ ਪੰਜਾਬ ਦੇ ਮੰਤਰੀ ਨਾਲ ਗੱਲ ਕਰ ਰਿਹਾ ਸੀ ਮਸਲਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਿ ਕਿਵੇਂ ਸੈਂਟਰ ਆ ਜਿਹੜਾ ਉਹ ਇਹਨੂੰ ਆਪਣੇ ਅਧੀਨ ਕਰ ਰਿਹਾ ਤੇ ਇੱਕੋ ਇੱਕ ਸਾਡੇ ਕੋਲ ਕੜੀ ਹੈਗੀ ਆ ਯੂਨੀਵਰਸਿਟੀ ਜਿਹਦੇ ਉੱਤੇ ਅਸੀਂ ਅੱਜ ਵੀ ਦਾਅਵਾ ਕਰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਉਹ ਵੀ ਖੋਣ ਦੀਆਂ ਜਿਹੜੀਆਂ ਚਾਲਾਂ ਹੋ ਰਹੀਆਂ ਨੇ ਤਾਂ ਅਸੀਂ ਜਿਹੜਾ ਇੱਧਰ ਕਿਸਾਨੀ ਮਸਲੇ ਦੇ ਵਿੱਚ ਉਲਝੇ ਹੋਏ ਹਾਂ ਸਾਰਿਆਂ ਦਾ ਜ਼ੋਰ ਇੱਧਰ ਲੱਗਿਆ ਹੋਇਆ ਹੈ ਪਰ ਉੱਧਰ ਉਹ ਨਵੇਂ ਤੋਂ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਪਿਛਲੇ ਸਾਲ ਯੂਨੀਵਰਸਿਟੀ ਦੇ ਵਿੱਚ ਆ ਕੇ ਕਿਰਨ ਖੇਰ ਜਿਹੜੀ MP ਹੈ ਚੰਡੀਗੜ੍ਹ ਤੋਂ ਤੇ ਸੋਮ ਪ੍ਰਕਾਸ਼ ਜਿਹੜਾ ਇਹਨਾਂ ਦਾ ਮੰਤਰੀ ਰਿਹਾ ਵਜ਼ੀਰ ਰਿਹਾ ਜਿਹੜਾ ਇਹਨਾਂ ਦਾ ਕੈਬਨਿਟ ਦੇ ਵਿੱਚ ਕੇਂਦਰ ਦੇ ਵਿੱਚ ਉਹਨਾਂ ਨੇ ਸ਼ਰੇਆਮੇ ਗੱਲ ਕਹਿਤੀ ਯੂਨੀਵਰਸਿਟੀ ਦੇ ਵਿੱਚ ਹਰਮਨ ਵਰਗੇ ਖੜੇ ਉਹਨੂੰ ਪਤਾ ਹੈ ਕਿ ਜੇ ਅਸੀਂ ਕਸ਼ਮੀਰ ਦੇ ਵਿੱਚ 370 ਤੋੜ ਸਕਦੇ ਹਾਂ ਤਾਂ ਯੂਨੀਵਰਸਿਟੀ ਕੀ ਚੀਜ਼ ਹੈ ਸੈਨੇਟਰ ਨੂੰ ਤੋੜਨਾ ਕਿੱਡੀ ਗੱਲ ਹੈ ਸੋ ਇਹ ਬਹੁਤ ਵੱਡੀਆਂ ਚਾਲਾਂ ਜਿਹੜੀਆਂ ਹੋ ਰਹੀਆਂ ਨੇ ਆਪਾਂ ਗੱਲ ਕਰਦੇ ਹਾਂ ਵਾਰ ਵਾਰ RFS ਦੀ ਕਿ ਕਿਵੇਂ ਉਹਨੇ ਪੂਰੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਕਿਵੇਂ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਕਿਵੇਂ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਹੌਲੀ ਹੌਲੀ ਕਬਜ਼ਾ ਜਮਾ ਲਿਆ ਹੁਣ ਜਿਹੜਾ ਇੱਥੇ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਲੱਗਿਆ ਹੋਇਆ ਹੈ ਰਾਜ ਕੁਮਾਰ ਬਨਾਰਸ ਤੋਂ ਲਿਆਂਦਾ ਹੋਇਆ ਬੰਦਾ RFS ਦਾ ਪੱਕਾ ਬੰਦਾ ਜਿੰਨੀਆਂ ਨਿਯੁਕਤੀਆਂ ਹੋਈਆਂ ਨੇ ਪ੍ਰੋਫੈਸਰਾਂ ਦੀਆਂ ਲੈਕਚਰਾਂ ਦੀਆਂ ਜਾਂ ਹੋਰ ਨਿਯੁਕਤੀਆਂ ਹੋਈਆਂ ਨੇ ਜਿੰਨੇ ਆਪਣੇ ਪੰਜਾਬੀ ਮੂਲ ਦੇ ਬੰਦੇ ਸਾਰੇ ਕੱਢ ਦਿੱਤੇ ਗਏ ਸਾਰੇ RFS ਦੇ ਬੰਦੇ ਇੱਥੇ ਅਪੁਆਇੰਟ ਕਰ ਦਿੱਤੇ ਗਏ ਇਹ ਗੱਲਾਂ ਪ੍ਰਤੀ ਵੀ ਸਾਨੂੰ ਲੋੜ ਹੈ ਜਾਗਣ ਦੀ ਜਾਂ ਲੜਨ ਦੀ ਵੀ ਲੋੜ ਆ ਹੁਣ ਤੁਸੀਂ ਦੇਖੋ ਕਿ ਬੁਖਲਾਟ ਦਾ ਨਤੀਜਾ ਹੈ ਕਿ ਕਦੇ ਇਹ 1 ਕਰੋੜ ਰੁਪਇਆ ਜੁਰਮਾਨਾ ਰੱਖ ਰਹੇ ਨੇ ਕਦੇ ਇਹ ਜਿਹੜਾ ਵਿਕਾਸ ਫੰਡ ਹੈ ਪੇਂਡੂ ਵਿਕਾਸ ਫੰਡ ਉਹ ਰੋਕ ਰਹੇ ਨੇ ਕਦੇ ਰੇਲ ਗੱਡੀਆਂ ਰੋਕ ਰਹੇ ਨੇ ਪਤਾ ਇਹਨਾਂ ਨੂੰ ਵੀ ਹੈ ਕਿ ਪੰਜਾਬ ਜਿਹੜਾ ਲੜਾਈ ਲੜੂਗਾ ਪਰ ਭਰਾਵੋ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ ਦੋ ਵੇਲੇ ਅਰਦਾਸ ਕਰਿਆ ਕਰੋ ਧਰਤੀ ਮਾਂ ਨੂੰ ਮੱਥਾ ਟੇਕਿਆ ਕਰੋ ਕਿ ਯਾਰ ਜੇ ਸਾਡੀ ਜ਼ਿੰਦਗੀ ਇਸ ਪੰਜਾਬ ਲੇਖੇ ਲੱਗਦੀ ਹੈ ਤਾਂ ਅਸੀਂ ਲਾ ਕੇ ਜਾਵਾਂਗੇ ਕਿਤੇ ਨਾ ਹੋਵੇ ਕਿ ਜਦੋਂ ਲੜਾਈ ਨੇ ਨਿਰਣਾਇਕ ਮੋੜ ਤੇ ਜਾਣਾ ਹੈ ਤੇ ਆਗੂਆਂ ਨੂੰ ਫੜੋ ਫੜੀ ਕਰਕੇ ਅੰਦਰ ਦੇਤਾ ਜਾਂ ਗੱਲਬਾਤ ਹੋਰ ਹੋ ਗਈ ਤੇ ਅਸੀਂ ਘਰਾਂ 'ਚ ਬਹਿ ਕੇ ਜਾ ਕੇ ਵੀ ਛੱਡੋ ਯਾਰ ਉਹਨੂੰ ਤਾਂ ਫੜ ਕੇ ਦਿੱਲੀ ਲੈ ਗਏ ਉਹਨੂੰ ਫੜ ਕੇ ਤੇ ਹਾੜ ਸਿੱਟਤਾ ਜਾਂ ਉਹ ਤਾਂ ਹੁਣ ਆਉਂਦਾ ਨਹੀਂ ਤੇ ਅਸੀਂ ਕੀ ਲੈਣਾ ਸਾਡੀ ਤਾਂ ਫਾਈਲ ਲੱਗੀ ਹੋਈ ਹੈ ਕੈਨੇਡਾ ਵਾਲੀ ਸਾਡਾ ਤਾਂ ਵਿਆਹ ਧਰਿਆ ਹੋਇਆ ਸਾਡਾ ਤਾਂ ਮਗਰ ਸਾਰਾ ਪਰਿਵਾਰ ਹੀ ਖਰਾਬ ਹੋ ਜਾਊਗਾ ਮੇਰੀ ਤਾਂ ਮਾਂ ਲੜੂਗੀ ਮੇਰਾ ਪਿਓ ਇਕੱਲਾ ਮੈਂ ਇਕੱਲਾ ਇਹੋ ਜਿਹੀਆਂ ਗੱਲਾਂ ਨਾ ਹੋਣ ਦੇਖੋ ਇਹ ਪੰਜਾਬ ਕਦੇ ਵੀ ਜਿਵੇਂ ਪਹਿਲਾਂ ਗੱਲਾਂ ਤੁਸੀਂ ਸੁਣੀਆਂ ਨੇ ਪੰਜਾਬ ਕਦੇ ਵੀ ਕੋਈ ਲੜਾਈ ਹਾਰਿਆ ਨਹੀਂ ਜੇ ਅੱਜ ਅਸੀਂ ਹਾਰ ਰਹੇ ਹਾਂ ਨਾ ਲਗਾਤਾਰ ਦਿੱਲੀ ਤੋਂ ਹਾਰ ਰਹੇ ਹਾਂ
ਤਾਂ ਆਪਣੇ ਗਦਾਰਾ ਕਰਕੇ ਹਰ ਰਹੇ ਹਾਂ। ਜਿਹੜੇ ਸਾਡੇ ਬਣ ਕੇ ਸਾਡੇ ਵੱਲੋਂ ਹਮੇਸ਼ਾ ਆਪਾਂ ਨੂੰ ਲੱਗਦਾ ਰਿਹਾ ਕਿ ਸਾਡੀ ਤਰਜਮਾਨੀ ਕਰਦੇ ਆ, ਸਾਡੀ ਅਗਵਾਈ ਕਰਦੇ ਆ, ਪਰ ਹਮੇਸ਼ਾ ਉਹ ਦਿੱਲੀ ਦੀ ਝੋਲੀ ਜਾ ਕੇ ਵੇਖਦੇ ਝੁਕਦੇ ਰਹੇ। ਸੋ ਭਰਾਵੋ ਗੱਲਾਂ ਅੱਜ ਆਪਾਂ ਜਿਹੜੀਆਂ ਖੇਤੀ ਨਾਲ ਸੰਬੰਧਿਤ ਕਾਨੂੰਨਾਂ ਨਾਲ ਸੰਬੰਧਿਤ ਸੁਣਦੇ ਰਹੇ, ਸਾਰਿਆਂ ਨੂੰ ਪਤਾ ਵਾਰ ਵਾਰ ਆਪਾਂ ਉਹੀ ਗੱਲਾਂ ਦੁਹਰਾਈ ਜਾਏਗੀ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਗੱਲ ਸਮਾਜਿਕ ਗੱਲਾਂ ਕਰਨੀਆਂ ਨੇ ਕੁਛ। ਪਹਿਲੀ ਗੱਲ ਤਾਂ ਮੈਂ ਆ ਦੇਖਦਾ ਸੀਗਾ ਟੋਲ ਦੇ ਉੱਤੇ, ਮੈਂ ਕਿਹਾ ਯਾਰ ਅੰਗਰੇਜ਼ੀ ਲਿਖੀ ਪਈ ਹੈ, ਕਦੇ ਨਿਗਾਹ ਨੁਗਾਹ ਪਿਆ ਨੀ ਮੁਹਾਲੀ ਵਾਲੇ, ਉਹ ਵੀ ਆਪਾਂ ਇੱਥੇ ਰੰਗ ਰੁੰਗ ਮਾਰ ਦੇਈਏ। ਦੱਸੋ ਬਈ ਅਸੀਂ ਇੰਨੇ ਕੁ ਜਾਗੇ ਹੋਏ ਹਾਂ, ਅਸੀਂ ਉਦੋਂ ਬਠਿੰਡੇ ਸ਼ੁਰੂ ਕੀਤਾ ਸੀ ਕੰਮ ਪੋਚੇ ਪਾਚੇ ਮਾਰਨ ਵਾਲਾ, ਤਾਂ ਬਾਹਰਲੇ ਜ਼ਿਲ੍ਹਿਆਂ ਵਾਲੇ ਵੀ ਸਾਨੂੰ ਫੋਨ ਕਰਦੇ ਨੇ, ਭਾਈ ਸਾਡੇ ਵੀ ਪੰਜਾਬੀ ਨਹੀਂ ਲਿਖੀ, ਪੰਜਾਬੀ ਥੱਲੇ ਲਿਖੀ ਹੈ, ਤੁਸੀਂ ਰੰਗ ਮਾਰ ਕੇ ਜਾਇਓ ਜਾ। ਹੁਣ ਇੱਥੇ ਤਾਂ ਪੰਜਾਬੀ ਹੈ ਹੀ ਕਿਤੇ ਨਹੀਂ ਕਹਿੰਦੀ ਹੈ ਬਈ, ਉਹ ਸਾਹਮਣੇ ਕਿਤੇ ਬੋਰਡ ਤੇ ਪੰਜਾਬੀ ਨਜ਼ਰ ਆਉਂਦੀ ਹੈ ਹੈ ਨਹੀਂ ਨਾ ਨਾਲੇ। ਹਾਂ ਸੂਬੇ ਦਾ ਪੰਜਾਬ ਦਾ ਹਾਈਵੇ ਹੈ ਇਹ, ਇਹ ਕੋਈ ਦੂਜਾ ਨਹੀਂ ਹੈਗਾ, ਨੈਸ਼ਨਲ ਹਾਈਵੇ ਨਹੀਂ ਹੈਗਾ, ਇੱਥੇ ਪੰਜਾਬੀ ਨਜ਼ਰ ਨਹੀਂ ਹੈਗੀ, ਤਾਂ ਸਾਨੂੰ ਰੰਗ ਮਾਰਨ ਦਾ ਕਿਉਂ ਨਹੀਂ ਖਿਆਲ ਆਇਆ? ਮੈਂ ਆਉਂਦਾ ਉਹਦੇ ਸੋਚਦਾ ਸੀ, ਮੈਂ ਯਾਰ ਪੋਚਾ ਲੈ ਕੇ ਆਉਣਾ ਸੀ, ਮਾਰ ਕੇ ਜਾਂਦੇ ਆ। ਇਹ ਗੱਲ ਮੈਂ ਕਿਉਂ ਕਰਦਾ, ਮੈਂ ਹਰ ਥਾਂ ਹਰ ਸਟੇਟ ਤੇ ਜ਼ਬਾਨ ਦੀ ਗੱਲ ਕਿਉਂ ਕਰਦਾ? ਜ਼ਬਾਨ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ, ਅਹਿਮੀਅਤ ਹੁੰਦੀ ਹੈ ਕੌਮ ਦੇ ਵਜੂਦ ਦੇ, ਕੌਮ ਦਾ ਵਜੂਦ ਜਵਾਨਾਂ ਨਾਲ ਜਾਂਦੇ ਰਹਿੰਦੇ ਨੇ, ਜਿੱਥੇ ਜਵਾਨਾਂ ਮਰਦੀਆਂ ਨੇ ਕੌਮਾਂ ਦੇ ਵਜੂਦ ਮਰਦੇ ਨੇ। ਹੁਣ ਤੁਸੀਂ ਇੰਨੇ ਬੈਠੇ ਹੋ ਤੇ ਸੈਂਕੜਿਆਂ ਦੀ ਗਿਣਤੀ 'ਚ ਆਏ ਹੋ, ਮੈਨੂੰ ਐਂ ਦੱਸਿਓ ਤੁਹਾਡੇ ਸਾਰਿਆਂ ਦੇ ਜਵਾਕ ਨੇ ਜਿਹੜੇ ਉਹ ਅੰਗਰੇਜ਼ੀ ਮਾਧਿਅਮ ਸਕੂਲਾਂ 'ਚ ਪੜ੍ਹਦੇ ਹੋਣੇ ਆ। ਅਸੀਂ ਇਹ ਨਹੀਂ ਕਹਿੰਦੇ ਅੰਗਰੇਜ਼ੀ ਨਾ ਪੜ੍ਹਾਓ, ਅੰਗਰੇਜ਼ੀ ਪੜ੍ਹਾਓ, ਹਿੰਦੀ, ਅਰਬੀ, ਉਰਦੂ, ਜੋ ਮਰਜ਼ੀ ਪੜ੍ਹਾਓ, ਪਰ ਅਸੀਂ ਆਪਣੀ ਮਾਂ ਬੋਲੀ ਨਾਲੋਂ ਕਿਉਂ ਟੁੱਟ ਰਹੇ ਹਾਂ? ਮਾਂ ਬੋਲੀ ਨਾਲੋਂ ਟੁੱਟ ਕੇ ਅਸੀਂ ਬਚਾਂਗੇ ਕਿਵੇਂ ਯਾਰ? ਲੈ ਹੱਥ ਖੜਾ ਕਰਿਓ ਜਿਹੜੇ ਆਪਣੇ ਜਵਾਕਾਂ ਨੂੰ ਘਰੇ ਪੁੱਛਦਾ ਹੈ ਪੁੱਤ ਨੂੰ ਪੰਜਾਬੀ ਪੜ੍ਹਾਉਂਦੇ ਕਿ ਨਹੀਂ ਪੜ੍ਹਾਉਂਦੇ, ਮਿੱਤਰੂਗਾ ਕੋਈ ਸੂਰਮਾ? ਹਾਂ ਪੰਜ ਚਾਰ ਹੈਗੇ ਆ, ਪੰਜ ਚਾਰ ਹੈਗੇ ਆ, ਸੈਂਕੜੇ ਚ ਪੰਜ ਚਾਰ ਹੀ ਨਜ਼ਰ ਆਉਂਦੇ ਆ। ਸਾਡੇ ਹਾਲਾਤ ਭਰਾਵੋ ਇਹ ਹੋਏ ਪਏ ਆ, ਇੱਕ ਵਾਰੀ ਜਵਾਕ ਨੂੰ ਸਕੂਲ ਪਾਤਾ, ਸਾਲ ਬਾਅਦ ਜਾਂਦੇ ਹੁੰਦੇ ਆ, ਸਾਡੇ ਵਾਲੇ ਦੇ 90 ਆ ਗਏ, ਸਾਡੇ ਵਾਲੇ ਦੇ 95 ਆ ਗਏ, 98 ਆ ਗਏ, ਲੱਡੂ ਲਿਆ ਕੇ ਬੈਠਦੇ ਨੇ ਵੀ ਸਾਡਾ ਜਵਾਕ ਪਾਸ ਹੋ ਗਿਆ। ਸਾਡੇ ਜਵਾਕ ਨੂੰ ਕੀ ਪੜ੍ਹਾਇਆ ਜਾ ਰਿਹਾ, ਕੀ ਸਿਖਾਇਆ ਜਾ ਰਿਹਾ, ਕਿਹੜੀਆਂ ਕਦਰਾਂ ਕੀਮਤਾਂ ਭਰੀਆਂ ਜਾ ਰਹੀਆਂ, ਕੀ ਉਹਨੂੰ ਸਮਾਜ ਦੇ ਵਿੱਚ ਚੰਗਾ ਨਾਗਰਿਕ ਬਣਾਇਆ ਜਾ ਰਿਹਾ, ਕੀ ਇਤਿਹਾਸ ਨੂੰ ਤੋੜਿਆ ਤਾਂ ਨਹੀਂ ਜਾ ਰਿਹਾ, ਇਤਿਹਾਸ ਪੜ੍ਹਾਇਆ ਜਾ ਰਿਹਾ, ਉਹ ਅਸੀਂ ਕੋਈ ਨਹੀਂ ਪਾਉਂਦਾ। ਸਰਬ ਹਿੱਤਕਾਰੀ ਸਕੂਲ ਆ ਨਾ, ਸਰਬ ਹਿੱਤਕਾਰੀ ਸਕੂਲ ਇੱਧਰ ਹੈਗਾ? ਆਰ ਐਸ ਐਸ ਦੇ ਸਕੂਲ ਨੇ ਸਾਰੇ, 125-127 ਸਕੂਲ ਹੈ ਪੰਜਾਬ 'ਚ, ਸਵੇਰੇ ਹਵਨ ਚੱਲਦਾ ਹੁੰਦਾ ਨਾ ਸਕੂਲਾਂ 'ਚ, ਹਵਨ ਦੋ ਨੇ ਹੋਣੇ ਹੈ ਪੰਜਾਬ ਦੇ ਵਿੱਚ ਸਾਰੇ 'ਚ ਹੀ ਹੈਗੇ ਆ, ਉੱਥੇ ਹਵਨ ਕਰਾਈ ਜਾਂਦੇ ਸਾਡੇ ਜਵਾਕਾਂ ਨੂੰ। ਅਸੀਂ ਸਰਸੇ ਜਾ ਕੇ ਆਏ, ਮੈਂ ਪੁੱਛਿਆ ਉਦੋਂ ਸਰਸਿਆਂ ਨੂੰ, ਪੰਜਾਬੀਆਂ ਨੂੰ, ਵੀ ਤੁਹਾਡੇ ਪੰਜਾਬੀ ਜ਼ਬਾਨ ਦੇ ਕੀ ਹਾਲਾਤ ਹੈ? ਕਹਿੰਦੇ ਬਾਈ ਸਾਡੇ 6ਵੀਂ ਤੋਂ ਸ਼ੁਰੂ ਹੁੰਦੀ ਹੈ ਪੰਜਾਬੀ ਸਰਕਾਰੀ ਸਕੂਲਾਂ 'ਚ, ਅਤੇ ਅੰਗਰੇਜ਼ੀ 'ਚ ਪੜ੍ਹਾਉਂਦੀ ਨਹੀਂ ਹੈ। ਹੁਣ ਜਿਹੜਾ CBSE ਬੋਰਡ ਹੈ, NCERT ਦੀਆਂ ਕਿਤਾਬਾਂ ਲੱਗਦੀਆਂ ਨੇ, ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ, ਸਾਡਾ ਇਤਿਹਾਸ ਤੋੜ ਮਰੋੜ ਕੇ ਸਾਨੂੰ ਸਾਡੇ ਜਵਾਕਾਂ ਨੂੰ ਪੜ੍ਹਾ ਰਹੇ ਨੇ। 5ਵੇਂ ਪਾਤਸ਼ਾਹੀ ਕਹਿੰਦੇ ਜੀ ਖੁਦਕੁਸ਼ੀ ਕਰ ਗਏ ਸੀ, 6ਵੇਂ ਪਾਤਸ਼ਾਹੀ ਦਾ ਜੀ ਦਿਮਾਗ ਖਿਲ ਗਿਆ ਸੀ, 10ਵੇਂ ਪਾਤਸ਼ਾਹੀ ਦਾ ਕਹਿੰਦੇ ਜੀ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜੇ ਹੋ ਗਏ ਸੀ। ਸਾਡੇ ਜਵਾਕਾਂ ਨੂੰ ਇਹ ਪੜ੍ਹਾਇਆ ਜਾ ਰਿਹਾ, ਅਸੀਂ ਬਚਾਂਗੇ ਕਿਵੇਂ? ਕੋਈ ਰਾਹ ਲੱਭਦਾ ਸਾਨੂੰ ਦਿਖਦਾ ਵੀ ਅਸੀਂ ਬਚ ਜਾਂਗੇ? ਦੂਜੇ ਪਾਸੋਂ ਚਿੱਟੀ ਸਿਉਂ ਖਾ ਗਈ ਸਾਨੂੰ, ਸਾਡੀਆਂ ਜਿੰਨੀਆਂ ਇਤਿਹਾਸਕ ਇਮਾਰਤਾਂ ਸੀਗੀਆਂ ਉਹ ਸਾਰੀਆਂ ਖਤਮ ਕਰਤੀਆਂ। ਚਮਕੌਰ ਦੀ ਕੱਚੀ ਗੜੀ ਦੇਖ ਲਓ, ਸਰਹੰਦ ਦੀ ਦੀਵਾਰ ਦੇਖ ਲਓ, ਅਨੰਦਪੁਰ ਸਾਹਿਬ ਦੇ ਕਿਲੇ ਦੇਖ ਲਓ, ਅਬੁੰਗੇ ਦੇਖ ਲਓ, ਆ ਜਿੰਨੀਆਂ ਸਾਡੀਆਂ ਦਰਸ਼ਨੀ ਡਿਉੜੀਆਂ ਸੀ ਉਹ ਦੇਖ ਲਓ, ਕੋਈ ਬਚੀ ਹੈ? ਜਦੋਂ ਆਉਣ ਵਾਲੇ 100 ਸਾਲ ਨੂੰ ਇੱਥੇ ਕੋਈ ਮੇਰੇ ਵਰਗਾ ਖੜ ਕੇ ਬੋਲਦਾ ਹੋਊਗਾ ਕਿ ਚਲੋ ਮੈਂ ਤੁਹਾਨੂੰ ਦਿਖਾਵਾਂ ਸਾਡਾ ਸਰਹੰਦ ਦੀ ਦੀਵਾਰ ਬੋਲਦੀ ਹੈ, ਸਾਡੀਆਂ ਕੁਰਬਾਨੀਆਂ, ਅਨੰਦਪੁਰ ਸਾਹਿਬ ਦੇ ਕਿਲੇ ਬੋਲਦੇ ਨੇ, ਚਮਕੌਰ ਦੀ ਕੱਚੀ ਗੜੀ ਬੋਲਦੀ ਹੈ, ਤਾਂ ਮੈਨੂੰ ਉਦੋਂ ਦੱਸੋ ਕਿ ਉਧਰੋਂ ਕਿਤਾਬਾਂ ਦੇ ਵਿੱਚ ਕੁਛ ਹੋਰ ਗੜਬੜ ਕੀਤੀ ਪਈ ਹੋਣੀ ਹੈ, ਤਾਂ ਸਾਡੇ ਜਵਾਕ ਨੇ ਕਹਿਣਾ ਠੀਕ ਆ ਬਾਪੂ ਮੈਂ ਜਾ ਕੇ ਦੇਖ ਕੇ ਆਉਣਾ, ਪਰ ਕਿਤਾਬ ਤਾਂ ਇੱਥੇ ਹੋਰ ਬੋਲਦੀ ਹੈ। ਉੱਥੇ ਵੀ ਗੁਰਦੁਆਰਾ ਬਣਾਇਆ ਪਿਆ ਹੋਣਾ, ਤੇ ਜਵਾਕ ਨੇ ਮੰਨਣਾ ਨੀ ਸਾਡੇ ਨੇ, ਤੂੰ ਬਾਪੂ ਝੂਠ ਬੋਲਦਾ, ਕਿਤਾਬ ਸਹੀ ਬੋਲਦੀ ਹੈ, ਜਿਹੜੀਆਂ ਕਿਤਾਬਾਂ 'ਚ ਇਹ ਗੜਬੜਾਂ ਕਰ ਰਹੇ ਨੇ, ਕਿ ਉੱਥੇ ਜਿਹੋ ਜਿਹਾ ਗੁਰਦੁਆਰਾ ਸਾਡੇ ਪਿੰਡ ਆ ਤੇ ਉਹੋ ਜਿਹਾ ਗੁਰਦੁਆਰਾ ਉੱਥੇ। ਕਿੰਨੇ ਕੁ ਬੰਦੇ ਆ ਅਸੀਂ ਜਿਹੜੇ ਮੈਨੂੰ ਐਂ ਦੱਸਿਓ ਹੱਥ ਖੜੇ ਕਰ ਦਿਓ, ਇਸ ਸਮੇਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ, ਕਿੰਨੇ ਬੁੰਗੇ ਆ ਵੀ ਉੱਥੇ
ਹੁਣ ਮੌਜੂਦਾ ਬੁੰਗੇ ਕਿੰਨੇ ਆ ਹੈ ਸਾਰੇ ਨਹੀਂ ਹੈਗੇ ਸਾਰੇ ਹੱਸਣ ਵਾਲੀ ਗੱਲ ਨਹੀਂ ਸਾਰੇ ਨਹੀਂ ਹੈਗੇ ਦੋ ਬੁੰਗੇ ਰਹਿ ਗਏ ਦੋ ਰਹਿ ਗਏ ਨਾ ਜਾਣੇ ਉਹ ਮੱਥਾ ਟੇਕਣ ਤੱਕ ਕਿ ਸੀਮਤ ਅੱਖਾਂ ਮੀਚ ਕੇ ਬੜੀ ਸ਼ਾਂਤੀ ਆਈ ਜੀ ਉੱਥੇ ਟੇਕ ਕੇ 100 ਰੁਪਇਆ ਮੱਥਾ ਕੋਈ ਮੰਗ ਲੈਂਦੇ ਆ ਬਾਬਾ ਕਨੇਡਾ ਬਗਜ ਗਏ ਵਾਹਿਗੁਰੂ ਸਾਡੀ ਕੁੜੀ ਦਾ ਵਿਆਹ ਹੋ ਜਾਏ ਚੰਗੇ ਥਾਂ ਸਾਡੀਆਂ ਆਹੀ ਮੰਗਾਂ ਨੇ ਅਸੀਂ ਕਦੇ ਇਹ ਨਜ਼ਰ ਮਾਰ ਕੇ ਦੇਖਿਆ ਕਿ ਸਾਡਾ ਕਿਵੇਂ ਸਾਰਾ ਕੁਛ ਇਹਨਾਂ ਨੇ ਨਿਸਤੋ ਨਮੂਦ ਕਰਤਾ ਖਤਮ ਕਰਤਾ ਸਾਨੂੰ ਥਾਂਵਾਂ ਤੋਂ ਆ ਬਾਜੇ ਖਾਨੇ ਮੇਰਾ ਨੇੜੇ ਪਿੰਡ ਹੈ ਕੋਈ ਗੁੱਟ ਕੇ ਦੇਖ ਗਿਆ ਸੀ ਗੁਰਦੁਆਰੇ ਦੇ ਵਿੱਚ ਗੁਰਬਾਣੀ ਬਦਲੀ ਪਈ ਹੈ ਅਸੀਂ ਕਿੰਨੇ ਕੁ ਜਾ ਕੇ ਹੋਏ ਯਾਰ ਕਿਹੜਾ ਬੰਦਾ ਇਹਨਾਂ ਗੱਲਾਂ ਦਾ ਖਿਆਲ ਰੱਖਦਾ ਪਰ ਸਾਡਾ ਨੂੰ ਰਾਹ ਦੱਸ ਦਿਓ ਮੈਨੂੰ ਵੀ ਆਹ ਰਾਹ ਅਸੀਂ ਪੈ ਕੇ ਅਸੀਂ ਬਚ ਜਾਂਗੇ ਅਸੀਂ ਤਾਂ ਅੱਜ ਸਾਡੀ ਨੌਜਵਾਨੀ ਦੀ ਸੋਚ ਹੈ ਕੈਨੇਡਾ ਜਾਣਾ ਅਮਰੀਕਾ ਜਾਣਾ ਛੇਤੀ ਛੇਤੀ ਭੱਜੋ ਛੱਡ ਕੇ ਭੱਜ ਰਹੇ ਹਾਂ ਪੰਜਾਬ ਨੂੰ ਉਸ ਤੋਂ ਜਾਂ ਵੱਡੀਆਂ ਵੱਡੀਆਂ ਗੱਡੀਆਂ ਲੈਣੀਆਂ ਨੇ ਜਿਵੇਂ ਬਾਈ ਕਨਵਰ ਨੇ ਕਿਹਾ ਵੱਡੀਆਂ ਕੋਠੀਆਂ ਪਾਉਣੀਆਂ ਨੇ ਹੁਣ ਇੱਥੇ ਆਉਣ ਦਾ ਫਾਇਦਾ ਤੁਸੀਂ ਰਾਤ ਨੂੰ ਖੜੇ ਹੋ 8:30 ਦਾ ਟਾਈਮ ਹੋ ਗਿਆ ਸੀ ਉਹ 300 ਮੀਲ ਤੋਂ ਆਏ ਆ ਤੜਕੇ ਦੇ ਕਈ ਥਾਈ ਬੋਲ ਕੇ ਫਿਰ ਤੁਹਾਡੇ ਕੋਲ ਆਏ ਆ ਵਾਪਸ ਪਿੰਡ ਵੀ ਜਾਣਾ 2-3 ਵੱਜਣੇ ਆ ਅਸੀਂ ਕਿਉਂ ਬੋਲਦੇ ਫਿਰਦੇ ਹਾਂ ਕੱਲ ਨੂੰ ਅੰਮ੍ਰਿਤਸਰ ਜਾਣਾ ਪਰਸੋਂ ਜਲਾਲਾਬਾਦ ਜਾਣਾ ਅਸੀਂ ਤੁਰੇ ਫਿਰਦੇ ਹਾਂ ਅਸੀਂ ਕਿਹੜਾ ਇੱਥੇ ਜਾ ਕੇ ਮੋਹਾਲੀ 'ਚ ਵੋਟਾਂ 'ਚ ਖੜੇ ਹੋਣਾ ਅਸੀਂ ਕਿਉਂ ਕੂਕਦੇ ਫਿਰਦੇ ਹਾਂ ਕਿ ਸੱਭਿਅਤਾ ਨੇ ਮਰ ਜਾਣਾ ਇਸ ਵਿਰਾਸਤ ਨੇ ਮਰ ਜਾਣਾ ਇਹ ਬਹੁਤ ਮਹਾਨ ਹੈ ਇਹਦੇ ਲਈ ਖੂਨ ਡੁੱਲਿਆ ਸਿਰ ਲੱਗੇ ਨੇ ਇਹ ਸੱਭਿਅਤਾ ਨਾਲ ਇਹ ਨਹੀਂ ਬਣ ਜਾਂਦੀਆਂ ਕਿ 2-4 ਸਾਲ ਦੀ ਖੇਡ ਹੈ ਸਦੀਆਂ ਲੱਗਦੀਆਂ ਨੇ ਸੈਂਕੜੇ ਸਾਲ ਲੱਗਦੇ ਨੇ ਬਹੁਤ ਘਾਲਣਾ ਘਾਲਣੀ ਪੈਂਦੀ ਹੈ ਬੜੇ ਤਿਆਗ ਕਰਨੇ ਪੈਂਦੇ ਨੇ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਤਾਂ ਜਾ ਕੇ ਕੌਮਾਂ ਦਾ ਵਜੂਦ ਖੜਾ ਹੁੰਦਾ ਤਾਂ ਕੌਮਾਂ ਪੈਦਾ ਹੁੰਦੀਆਂ ਨੇ ਅਗਲਾ ਲਗਾਤਾਰ ਲੱਗਿਆ ਹੋਇਆ ਤੇ ਉਹ ਮੈਨੂੰ ਗੱਲ ਦੱਸੀ ਮੈਂ ਜਿਹੜੀ ਗੱਲ ਦੱਸਦਾ ਸੀਗਾ ਯੂਨੀਵਰਸਿਟੀ ਵਾਲੀ ਕਿ ਉਹ ਮੰਤਰੀ ਮੈਨੂੰ ਕਹਿਣ ਲੱਗਿਆ ਕਹਿੰਦਾ ਯਾਰ ਮੇਰੇ ਕੋਲ ਨਾ ਇੱਕ ਵੇਨੂ ਪ੍ਰਸਾਦ ਆ ਜਿਹੜਾ ਆਪਦਾ ਬਿਜਲੀ ਬੋਰਡ ਦਾ ਚੇਅਰਮੈਨ ਆ ਸ਼ਰਪਾ ਡਾਇਰੈਕਟਰ ਆ ਕੌਣ ਹੈ ਕਹਿੰਦਾ ਉਹ ਆ ਕੇ ਦੱਸਣ ਲੱਗਿਆ ਕਿ ਐਡੀ ਬੁਰੀ ਨਜ਼ਰ ਆ ਇਸ ਸਮੇਂ ਆਰਐਸਐਸ ਬੀਜੇਪੀ ਦੀ ਬਹੁਤ ਬੁਰੀ ਮਿੱਥੀ ਬੈਠੇ ਆ ਸਾਡੇ ਪੰਜਾਬ ਦੇ ਖਿਲਾਫ਼ ਸਾਡੇ ਖਿਲਾਫ਼ ਉਹ ਕਹਿੰਦਾ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਕੀ ਕਰਦੇ ਉਹ ਦੇਖ ਲਓ ਤੁਸੀਂ ਕਸ਼ਮੀਰ ਦੇ ਹਾਲਾਤ ਦੇਖ ਲਓ 2.5 ਸਾਲ ਹੋ ਗਿਆ ਵਿਚਾਰਿਆਂ ਨੂੰ ਤਾੜਿਆ ਹੋਇਆ ਨੂੰ ਅੰਦਰ ਆ ਕੱਲ ਮਾੜੇ ਜਿਹੇ ਨਿਕਲੇ ਸੀ ਵਿਰੋਧ ਕਰਨ ਲੱਗੇ ਸੀ ਉਹਨਾਂ ਨੇ ਜਦੋਂ ਆਪਣਾ ਕਾਨੂੰਨ ਇੱਕ ਹੋਰ ਬਣਾਇਆ ਕਿ ਕੋਈ ਬੰਦਾ ਜੰਮੂ ਕਸ਼ਮੀਰ ਜ਼ਮੀਨ ਖਰੀਦ ਸਕਦਾ ਜਾ ਕੇ ਫਿਰ ਡੱਕ ਕੇ ਫੜ ਕੇ ਅੰਦਰ ਡੱਕ ਦਿੱਤੇ ਗਏ ਆ ਯੂਪੀ ਦੀ ਮੈਂ ਹੁਣੀ ਖਬਰ ਪੜ੍ਹਦਾ ਆਉਂਦਾ ਸੀਗਾ ਇੱਕ ਮੁਸਲਮਾਨ ਦਾੜੀ ਰੱਖੀ ਹੋਈ ਸੀ ਪੁਲਿਸ ਦੇ ਸੀਗਾ ਇਸ ਕਰਕੇ ਕੱਢਤਾ ਦਾੜੀ ਕਿਉਂ ਰੱਖੀ ਹੈ ਉਹ ਦਾੜੀ ਅੱਜ ਨਵੀਂ ਖਬਰ ਲੱਗੀ ਅੱਜ ਉਹਨੇ ਦਾੜੀ ਕਟਾ ਲਈ ਉਹਨੂੰ ਦੁਬਾਰੇ ਫਿਰ ਰੱਖ ਲੈ ਗਈ ਸਾਡੇ ਨਾਲ ਐਂ ਹੋਣਾ ਅਸੀਂ ਸੁਣਦੇ ਆਏ ਹਾਂ ਨਾ ਕਿ ਰੰਗ ਜਿਹਾ ਸਵਾ ਸਵਾ ਮਨ ਜਨੇਊ ਲਾ ਕੇ ਫਿਰ ਰੋਟੀ ਖਾਂਦਾ ਸੀ ਸਾਡੇ ਨਾਲ ਆ ਉਹੀ ਵਰਤਾਰਾ ਹੋ ਕਿੰਨੇ ਕੁ ਤਿਆਰ ਆ ਉਸ ਲੜਾਈ ਲਈ ਇਹ ਦੱਸ ਦਿਓ ਮੈਨੂੰ ਸਾਡੇ ਤਾਂ ਹਾਲਾਤ ਬੜੇ ਬੜੇ ਮਾੜੇ ਹਾਲਾਤ ਨੇ ਸਾਡੇ ਅਸੀਂ ਸਿਰਫ ਤੇ ਸਿਰਫ ਅੱਜ ਜਿਹੜੀ ਮੈਂ ਬੇਸ਼ੱਕ ਪੂਰਨ ਤੌਰ ਤੇ ਗੁਰਸਿੱਖ ਨਹੀਂ ਪਰ ਉਹ ਦਰਦ ਦਾ ਜਜ਼ਬਾ ਹੈਗਾ ਕਿ ਜਿਹੜੇ ਖਾਤਰ ਸਾਡੇ ਖੋਪੜੀਆਂ ਤੱਕ ਲਹਾ ਲਈਆਂ ਬੰਦ ਬੰਦ ਕਟਵਾ ਲਿਆ ਉਹ ਸਿੱਖੀ ਦੀ ਖਾਤਰ ਅੱਜ ਮੈਨੂੰ ਇਹ ਲੱਗਦਾ ਕਿ ਯਾਰ ਜੇ ਅੱਜ ਕਦੇ ਮੋਦੀ ਕਹਿੰਦੇ ਨਾ ਵੀ ਤੁਹਾਡੇ ਸਾਰੇ ਕਰਜ਼ੇ ਮਾਫ਼ ਹੈ ਤੇ ਤੁਹਾਡਾ ਆਹ ਜਿਹੜਾ ਕਾਨੂੰਨ ਵੀ ਅਸੀਂ ਖਤਮ ਕਰ ਦਿੰਦੇ ਹਾਂ ਰੱਦ ਕਰ ਦਿੰਦੇ ਹਾਂ ਤਾਂ ਮੈਂ ਸ਼ਰਤ ਕਰਦਾ 2022 ਦੇ ਵਿੱਚ ਸਾਰੇ ਦੇ ਸਾਰੇ MLA ਸੀ ਨਾਜ਼ਤਾ ਤੇ ਇਹ ਸਾਡੀ ਬਦਕਿਸਮਤੀ ਹੈ ਕਿਉਂ ਕਿਉਂਕਿ ਸਾਨੂੰ ਇਹ ਪਤਾ ਕਿ ਬਾਦਲਾਂ ਨੇ ਕਿੱਡਾ ਵੱਡਾ ਘਾਣ ਕੀਤਾ ਪੰਥ ਦਾ ਵੀ ਕੌਮ ਦਾ ਵੀ ਪੰਜਾਬ ਦਾ ਵੀ ਆਹ ਕੈਪਟਨ ਨੇ ਕੀ ਕੁਛ ਕੀਤਾ ਅਸੀਂ ਉਹੀ ਲੋਕ ਹਾਂ ਅੱਜ ਵੀ ਧੜਿਆਂ 'ਚ ਫਸੇ ਹੋਏ ਹਾਂ ਅੱਜ ਵੀ ਅਸੀਂ ਬਾਦਲਾਂ ਨਾਲ ਅਸੀਂ ਕਾਂਗਰਸੀਆਂ ਨਾਲ 1% ਆਬਾਦੀ ਮੈਂ ਦੇਖਦਾ ਕਿ 1% ਆਬਾਦੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚੋਂ ਹਲੇ ਬਾਹਰ ਆਈ ਹੈ 99% ਆਬਾਦੀ ਹਲੇ ਉੱਥੇ ਬੈਠੀ ਹੈ ਉਹਨਾਂ ਬਾਦਲਾਂ ਨਾਲ ਤੇ ਉਹਨਾਂ ਕੈਪਟਨਾਂ ਦੇ ਨਾਲ ਤੇ ਅਸੀਂ ਕਿਵੇਂ ਬਚਾਂਗੇ ਯਾਰ ਹੁਣ ਅਗਲੀ ਗੱਲ ਆਪਾਂ ਕਰ ਲੈਂਦੇ ਹਾਂ ਇਹ ਵੀ ਇੱਕ ਸਮਾਜਿਕ ਜੀ ਗੱਲ ਹੈ ਮੈਂ ਲੁਧਿਆਣੇ ਬੋਲ ਕੇ ਆਇਆ ਮੈਂ ਕਿਹਾ ਵੀ ਲੁਧਿਆਣੇ ਵਾਲੇ ਮੈਂ ਦੱਸਿਓ ਤੁਹਾਡੇ ਇੱਕ ਬੜੀ ਖੁਸ਼ੀ ਜੀ ਮੈਨੂੰ ਮਹਿਸੂਸ ਹੋਈ ਇੱਧਰ ਆ ਕੇ ਪਤਾ ਨਹੀਂ ਇਹਦਾ ਸਰਹੰਦ ਦੇ ਨੇੜੇ ਕਰਕੇ ਤੁਹਾਡੇ ਵਧੀਆ ਪੱਗਾਂ ਬੜੀਆਂ ਮੁੰਡਿਆਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਹੋਈਆਂ ਨੇ ਚੰਗੀ ਗੱਲ ਆ ਇੱਧਰ ਨੂੰ ਮੈਨੂੰ ਆਇਆ ਜੇ ਲੱਗਿਆ ਜਿਵੇਂ ਮਾਝੇ ਵਾਲੇ ਪਾਸੇ ਫਿਰਦੇ ਹੁੰਦੇ ਆ ਕੇ ਤਾਂ ਮੇਰਾ ਉੱਥੇ ਇੱਕ ਸਵਾਲ ਸੀ ਉਹਨਾਂ ਲੋਕਾਂ ਦੇ ਅੱਗੇ ਕਿ ਯਾਰ ਤੁਸੀਂ ਕਿੰਨੇ ਕੁ ਬੰਦੇ ਹੋ ਜਿਹੜੇ ਗੰਡੇਰੇ ਤੇ ਨਹੀਂ ਜਾਂਦੇ
ਤੇ ਸਾਧੂਆਂ ਜਿਹੜੇ ਤੁਰੇ ਫਿਰਦੇ ਆ, ਸਾਹ ਤੁਰੇ ਫਿਰਦੇ ਆ, ਲਾਣਾ ਤੁਰੇ ਫਿਰਦਾ, ਆ ਧਾਗੇ ਤਵੀਤਾਂ ਵਾਲੇ ਤੁਰੇ ਫਿਰਦੇ ਆ, ਪੁੱਛਾਂ ਪਾਛਾਂ ਵਾਲੇ ਤੁਰੇ ਫਿਰਦੇ ਆ, ਕਿੰਨੇ ਕੁ ਬੰਦੇ ਜਿਹੜੇ ਜਾਂਦੇ ਨੀ। ਸਾਡੇ ਹਾਲਾਤ ਬੜੇ ਇੱਧਰੋਂ ਵੀ ਮਾੜੇ ਆ, ਬੜੀਆਂ ਅਸੀਂ ਪੂਜੀ ਜਾਂਦੇ ਹਾਂ, ਡੇਰਿਆਂ 'ਚ ਅਸੀਂ ਤੁਰੇ ਫਿਰਦੇ ਹਾਂ, ਰਾਤਰੇ ਸਾਡੇ ਪਾਏ ਹੁੰਦੇ ਆ, ਤੜਕੇ ਗੁਰਦੁਆਰੇ ਜਾਂਦੇ ਹਾਂ, ਦੁਪਹਿਰੇ ਕੇ ਡੇਰੇ 'ਤੇ ਹੁੰਦੇ ਹਾਂ, ਹੱਥ ਨਵੇਂ ਰਾਤੇ 'ਤੇ ਬੈਠੇ ਹੁੰਦੇ ਆ, ਹੱਥ ਤੁਸੀਂ ਵੀ ਖੜੇ ਕਰਕੇ ਦੱਸਿਓ ਕਿੰਨੇ ਕੁ ਜਾਂਦੇ ਹੋ, ਜਾਂਦੇ ਹੋ? ਹੁਣ ਜਿਹੜੇ ਨਹੀਂ ਜਾਂਦੇ ਉਹ ਕਰਦੇ ਹੋ? ਦੇਖੋ ਦੇਖ ਜੇ ਕਰੀ ਜਾਂਦੇ ਲੱਗਦੇ ਆ, ਹੈ। ਇਹ ਵੀ ਇੱਕ ਸਾਡਾ ਨਾ ਬਾਬਾਬਾਦ ਜਿਹੜਾ ਡੇਰਾਵਾਦ ਪੈਦਾ ਹੋਇਆ, ਤੁਸੀਂ ਦੇਖੋ 90-92 ਤੋਂ ਬਾਅਦ ਪੈਦਾ ਹੋਇਆ ਡੇਰਾਵਾਦ, ਤੇ ਡੇਰੇਵਾਦ ਨੇ ਵੀ ਸਾਨੂੰ ਖਾਧਾ, ਇਹ ਵੀ ਨਸਲ ਪੁੱਛੀ ਆ ਸਾਡੀ, ਇਧਰੋਂ ਸਾਡੇ ਲੋਕ ਉਲਝ ਗਏ, ਕੋਈ ਭਨੇਰੇ ਤੁਰਿਆ ਫਿਰਦਾ, ਕੋਈ ਸਰਸ ਵਾਲੇ ਕੋਲ, ਕੋਈ ਨੂਰ ਮਹਿਲੀਏ ਕੋਲ, ਕੋਈ ਕਿਸੇ ਕੋਲ, ਕੋਈ ਕਿਸੇ ਕੋਲ। ਸੋ ਭਰਾਵੋ, ਵਾਰ ਵਾਰ ਉਹੀ ਗੱਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾਂਗੇ, ਗੱਲ ਲੱਗਾਂਗੇ ਤਾਂ ਵਾਜਾਂਗੇ, ਸਾਨੂੰ ਸੇਧ ਉੱਥੋਂ ਹੀ ਲੈ ਕੇ ਲੜਨਾ ਪੈਣਾ, ਜੇ ਲੜੂਗੀ ਕੌਮ ਤਾਂ ਉੱਥੋਂ ਸੇਧ ਲੈ ਕੇ ਲੜੂਗੀ। ਤੇ ਦੂਜੀ ਗੱਲ ਆਪਾਂ ਹੋਰ ਕਰ ਲੈਂਦੇ ਹਾਂ ਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਨੌਕਰੀਆਂ ਦੀ ਗੱਲ ਆਪਾਂ ਕਰਦੇ ਹਾਂ, ਪੜ੍ਹੇ ਲਿਖੇ ਮੁੰਡੇ ਖੜੇ ਆ, ਦੇਖੋ ਤੁਸੀਂ ਸਾਡੇ ਨਾਲ ਕਿੱਦਾਂ ਧੱਕਾ ਜਿਹੜਾ ਪੰਜਾਬ ਨਾਲ ਅੱਜ ਦਾ ਵੀ ਲਗਾਤਾਰ ਹੁੰਦਾ ਤੁਰਿਆ ਆਇਆ ਜੀ, 47 ਤੋਂ ਲੈ ਕੇ ਤੁਸੀਂ ਦੇਖੋ ਪੰਜਾਬ ਵੰਡਿਆ ਗਿਆ, ਇਸ ਭਾਰਤ ਦਾ ਹੋਰ ਕੋਈ ਸੂਬਾ ਵੰਡਿਆ ਗਿਆ, ਬੰਗਾਲ ਵੰਡਿਆ ਗਿਆ ਜਾਂ ਪੰਜਾਬ ਵੰਡਿਆ ਗਿਆ? ਸਾਡੀ ਧਰਤੀ ਵੰਡਤੀ, ਸਾਡੇ ਪਾਣੀ ਵੰਡਤੇ, ਸਾਡਾ ਸਾਡੀ ਵਿਰਾਸਤ ਵੰਡਤੀ, ਸਾਡਾ ਭਾਈਚਾਰਾ ਵੰਡਤਾ, ਸਾਡੀ ਬੋਲੀ ਵੰਡਤੀ, 10 ਲੱਖ ਬੰਦੇ ਦਾ ਕਤਲ ਹੋਇਆ, ਇੱਜ਼ਤਾਂ ਲੁੱਟੀਆਂ ਗਈਆਂ, ਉੱਜੜਨਾ ਪਿਆ, ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਅਜਾੜਾ ਹੋਇਆ ਇਤਿਹਾਸ ਦੇ ਵਿੱਚ, ਉਹ 47 ਚ ਹੋਇਆ। ਅਗਲੇ ਸਾਡੇ ਨਾ ਉਦੋਂ ਤੋਂ ਚੱਲ ਰਹੇ ਨੇ, ਨਵਾਂ ਨਹੀਂ ਵਰਤਾਰਾ, ਪਰ ਸ਼ਹਿਰ 'ਚ ਆ ਜਾਓ, ਆ ਲੰਗੜਾ ਸੂਬਾ ਸਾਨੂੰ ਦੇ ਦਿੱਤਾ ਗਿਆ, ਪੰਜਾਬੀ ਬੋਲਦੇ ਸਾਡੇ ਕੋਲੋਂ ਖੋਲੇ ਗਏ ਇਲਾਕੇ, ਉਹ ਰਾਜਸਥਾਨ ਨੂੰ ਦੇ ਦਿੱਤੇ ਗਏ, ਹਿਮਾਚਲ ਨੂੰ ਦੇ ਦਿੱਤੇ ਗਏ, ਹਰਿਆਣਾ ਹੱਥ ਪਾਸੇ ਕਰ ਦਿੱਤਾ ਗਿਆ, ਪਾਣੀ ਸਾਡੇ ਖੋਲੇ ਗਏ, ਬੋਲੀਆਂ ਸਾਡੀਆਂ ਮਾਰੀ ਜਾਂਦੇ ਨੇ, ਜੰਮੂ 'ਚੋਂ ਖਤਮ ਕਰਤੀ, ਰਾਜਸਥਾਨ 'ਚੋਂ ਖਤਮ ਕਰਤੀ, ਹਰਿਆਣੇ 'ਚੋਂ ਖਤਮ ਕਰਤੀ, ਆ ਚੰਡੀਗੜ੍ਹ 'ਚੋਂ ਖਤਮ, ਜਮੇ ਤੁਸੀਂ ਦੇਖ ਲਓ ਚੰਡੀਗੜ੍ਹ ਲੱਗਦਾ ਪੰਜਾਬ ਦਾ ਹਿੱਸਾ ਹੁੰਦਾ, ਕਿਸੇ ਬੋਰਡ 'ਚ ਕੋਈ ਕਿਸੇ ਦਫ਼ਤਰ ਚਲੇ ਜਾਓ ਉੱਥੇ ਪੰਜਾਬੀ ਦੀ ਕੋਈ ਗੱਲਬਾਤ ਨਹੀਂ, ਕਿਸੇ ਬੋਰਡਾਂ 'ਚ ਦੇਖ ਲਓ ਉੱਥੇ ਕਦੇ ਪੰਜਾਬੀ ਦੀ ਗੱਲਬਾਤ ਨਹੀਂ। ਫਿਰ ਉਦੋਂ ਬਾਅਦ ਤੁਸੀਂ ਆ ਜਾਓ ਅੱਗੇ, ਆਪਾਂ ਭੁੱਲਦੇ ਬਹੁਤ ਛੇਤੀ ਹਾਂ, ਪਹਿਲਾਂ ਰੁਪਿੰਦਰ ਨੇ ਬੋਲਿਆ ਕਿ ਬਹੁਤ ਛੇਤੀ ਭੁੱਲ ਜਾਂਦੇ ਹਾਂ ਚੀਜ਼ਾਂ, ਅਸੀਂ ਕੀ ਸਾਡੇ ਨਾਲ ਹੋਇਆ। ਫਿਰ ਜਾ ਕੇ 80-84 ਦਾ ਦੌਰ ਆਉਂਦਾ, ਸਾਡੇ ਨੌਜਵਾਨ ਮੁੰਡਿਆਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਜਾਂਦੇ ਨੇ, ਕੋਈ ਮੋਟਰ ਦੇ ਪਾਣੀ ਲਾਉਣ ਗਿਆ ਹੁੰਦਾ, ਕੋਈ ਰਾਹ ਖੜੇ ਤੁਰਿਆ ਆਉਂਦਾ ਵੀ ਇਹਦੇ ਜੀ ਪੱਗ ਬੰਨੀ ਹੋਈ ਹੈ, ਇਹਦੇ ਕੇਸ ਰੱਖੇ ਹੋਏ ਨੇ, ਚੱਕ ਕੇ ਮੁਕਾਬਲਾ ਬਣਾ ਕੇ ਕੋਈ ਡਰਾਇਲ ਸਿੱਟਤਾ, ਕੋਈ ਨਹਿਰ ਤਾਰਤਾ। ਅੱਜ 40-40 ਸਾਲ ਹੋ ਗਏ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ, ਜਿਹਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਸਾਡੀ ਕੌਮ ਦੀ ਖਾਤਰ ਆਪਣੇ ਘਰ ਤਬਾਹ ਕਰ ਲਏ, ਕੋਈ ਛੁੱਟੀ ਨਹੀਂ, ਰਿਹਾਈ ਤਾਂ ਦੂਰ ਦੀ ਗੱਲ ਹੈ, ਇਹਨਾਂ ਦੇ ਬੰਦੇ ਬਲਾਤਕਾਰ ਕਰਕੇ ਵੀ ਬਾਹਰ ਆਏ ਨੇ 2-3 ਮਹੀਨਿਆਂ ਦੇ ਵਿੱਚ, ਕਿੱਥੇ ਨਹੀਂ ਧੱਕਾ ਹੋਇਆ। ਹੁਸ਼ਿਆਰਪੁਰ ਦੀ ਅਦਾਲਤ ਨੇ 2018 ਦੇ ਵਿੱਚ 3 ਮੁੰਡਿਆਂ ਨੂੰ ਇਸ ਕਰਕੇ ਉਮਰ ਕੈਦ ਸੁਣਾਈ ਹੈ ਕਿ ਉਹਨਾਂ ਕੋਲ ਸਿੱਖ ਲਿਟਰੇਚਰ ਦੀਆਂ ਕਿਤਾਬਾਂ, ਸਿੱਖ ਸਾਹਿਤ ਦੀਆਂ ਕਿਤਾਬਾਂ ਮਿਲੀਆਂ। ਕੀ ਕਿਤਾਬਾਂ ਰੱਖਣਾ ਜੁਰਮ? ਕਿ ਡੈਮੋਕ੍ਰੈਸੀ ਹੈ, ਲੋਕਤੰਤਰ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਜਿਹੜੇ ਮੁਲਕ ਦੇ ਵਿੱਚ ਕਿਤਾਬਾਂ ਰੱਖਣ ਦੇ ਵੀ ਉਮਰ ਕੈਦਾਂ ਹੁੰਦੀਆਂ ਹੋਣ ਯਾਰ। ਇਹ ਵੇਸਲੀਆਂ ਕੌਮਾਂ ਨੇ ਜਿਹੜੀਆਂ, ਜਾਂ ਨਿਖਿਤ ਗੁਣਾ ਮੈਂ ਕਹੂੰਗਾ ਕੌਮਾਂ ਦਾ, ਕਿ ਅਸੀਂ ਬੋਲਦੇ ਬਾਲਦੇ ਬਹੁਤ ਘੱਟ ਆ, ਅਸੀਂ ਸੋਚਦੇ ਹੋ ਨਾ ਛੱਡ ਪਰੇ ਯਾਰ, ਉੱਥੇ ਹੋਇਆ ਮੈਂ ਕੀ ਲੈਣਾ, ਆਪਾਂ ਨੂੰ ਕੀ ਆ, ਜਾਂ ਉਹਦੇ ਗਵਾਂਢੀ ਨਾਲ ਹੋਇਆ ਮੈਂ ਕੀ ਹੁਣ ਲੈਣਾ, ਜੇ ਆ ਕੇ ਗਵਾਂਢੀਆਂ ਦੇ ਲੱਗੂਗੀ ਸੇਖ ਸਾਡੇ ਤੱਕ ਵੀ ਪਹੁੰਚਣਾ, ਇਹ ਭੁੱਲ ਜਾਓ, ਅਸੀਂ ਬਚ ਜਾਂਗੇ, ਇਹ ਭੁਲੇਖਾ ਕੱਢ ਦੇ। ਦੇਖੋ ਤੁਸੀਂ ਭਾਗਵਤ ਜਿਹੜਾ ਇੱਥੇ, ਕੋਈ ਸਾਡਾ ਬੰਦਾ ਕੋਈ ਨੌਜਵਾਨ ਨਾਰਾ ਮਾਰਦੇ ਨਾ, ਤੇ ਇਹ ਜੀ ਖਾਲਿਸਤਾਨੀ ਆ ਗਏ ਜੀ, ਇਹ ਅੱਤਵਾਦੀ ਆ ਗਏ ਜੀ, ਇਹ ਵੱਖਵਾਦੀ ਆ ਗਏ ਜੀ, ਦੇਸ਼ ਤੋੜਨਗੇ ਜੀ, ਆਹੀ ਮੀਡੀਆ ਇਹਨਾਂ ਦਾ ਰਹਿਣ, ਮੀਡੀਆ ਕਿਵੇਂ ਖਬਰਾਂ ਚਲਾਉਂਦਾ ਹੁੰਦਾ। ਭਾਗਵਤ ਨੇ ਦੁਸਹਿਰੇ ਵਾਲੇ ਦਿਨ ਨਾਗਪੁਰ ਝੰਡਾ ਚੜਾਇਆ ਆਪਦਾ, ਸ਼ਰੇਆਮ ਐਲਾਨ ਕੀਤਾ ਵੀ 135 ਕਰੋੜ ਇਸ ਮੁਲਕ 'ਚ ਵਸਣ ਵਾਲੇ ਲੋਕ ਹਿੰਦੂ ਨੇ ਤੇ ਹਿੰਦੂ ਰਾਸ਼ਟਰ ਨੇ, ਉਹਦੇ ਖਿਲਾਫ਼ ਕਿਹੜਾ ਦੇਸ਼ ਤੋਂ ਲੱਗਿਆ, ਕਿਹੜਾ ਪਰਚਾ ਦਰਜ ਹੋਇਆ, ਅਗਲਾ ਮਿੱਥੀ ਬੈਠਾ ਸਾਰੀਆਂ ਗੱਲਾਂ ਬਾਤਾਂ, ਵੀ ਪੂਰੇ ਮੁਲਕ ਨੂੰ ਉਹਨਾਂ ਨੇ ਆਰ ਐਸ ਐਸ ਨੇ ਆਪਣਾ 100ਵੀਂ ਵਰੇ ਗੰਢ ਬਣਾਉਣੀ ਹੈ 2025 ਦੇ ਵਿੱਚ,
ਤੇ 100 ਸਾਲ ਚੋਂ ਕਹਿੰਦੇ ਵੀ ਅਸੀਂ ਦੇਸ਼ ਨੂੰ ਹਿੰਦੂ ਦੇਸ਼ ਬਣਾ ਦਾਂਗੇ, ਬਣਾਈ ਵੀ ਬੈਠੇ ਨੇ। ਆ ਸਾਡੇ RSS ਸਾਡੇ ਸਿੱਧੇ ਨਹੀਂ ਅਸਿੱਧੇ ਬਾਦਲਾਂ ਦੇ ਰਾਹੀਂ ਸਾਡੇ ਧਾਰਮਿਕ ਸਥਾਨਾਂ ਦੇ ਕਬਜ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਹੋਇਆ। ਆ RSS ਦੇ ਗੁੰਡੇ ਨੇ ਜਿਹੜੇ ਸਾਡੇ ਉੱਥੇ ਬੈਠੇ ਸਿੰਘਾਂ ਨੂੰ ਕੁੱਟਦੇ ਨੇ, ਲੱਤਾਂ ਬਾਹਾਂ ਤੋੜੀਆਂ, ਜਿਹੜੇ 328 ਸਰੂਪ ਗਾਇਬ ਹੋਏ ਉਹਨਾਂ ਦਾ ਅੱਜ ਇਨਸਾਫ ਮੰਗਣ ਲਈ ਜਿਹੜੇ ਉੱਥੇ ਜਥੇਬੰਦੀਆਂ ਵਾਲੇ ਬੈਠੇ ਸੀ, ਸਿੱਖ ਬੈਠੇ ਸੀ, ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਉੱਥੇ, ਔਰਤਾਂ ਦੇ ਮਤਲਬ ਕਿ ਬੁਰੇ ਅਪਸ਼ਬਦ ਬੋਲੇ ਗਏ, ਜਲੀਲ ਕੀਤਾ ਗਿਆ ਔਰਤਾਂ ਨੂੰ ਵੀ ਉੱਥੇ। ਕੌਣ ਲੋਕ ਨੇ? ਅਸੀਂ ਫਿਰ ਵੀ ਉਹਨਾਂ ਨਾਲ ਆਏ ਹਾਂ, ਅਸੀਂ ਕਿੱਥੋਂ ਚਾਹੁੰਦੇ ਹਾਂ ਕਿ ਸਾਡਾ ਭਲਾ ਹੋ ਜਾਵੇ? ਸ਼ਰੇਆਮ ਸਾਨੂੰ ਪਤਾ ਲੋਕਾਂ ਨੂੰ, ਪਰ ਛੋਟੀਆਂ ਛੋਟੀਆਂ ਗਰਜਾਂ ਕਿ ਯਾਰ ਮੈਂ ਆਹ ਕੰਮ ਲੈਣਾ ਹੈ ਤੋਂ, ਮੈਂ ਆਹ ਕੰਮ ਲੈਣਾ, ਮਾੜੀਆਂ ਮੋਟੀਆਂ ਗਰਜਾਂ ਜਾਂ ਪਿੰਡਾਂ 'ਚ ਧੜੇ ਨੇ। ਜੇ ਸਾਡਾ ਇੱਕ ਮਾੜੀ ਮੋਟੀ ਕਿਸੇ ਨਾਲ ਬਣਦੀ ਨਹੀਂ ਹੈ, ਉਹ ਕਾਂਗਰਸੀ ਹੈ ਅਤੇ ਅਸੀਂ ਦੂਜੇ ਪਾਸੇ ਹਾਂ। ਲੰਬੀ ਸੋਚ, ਦੂਰਦੇਸ਼ੀ ਦੀ ਸੋਚ ਕਰੇ, ਸੋਚੇ ਨਹੀਂ ਇਹ ਗੱਲ ਤਾਂ ਕਿ ਯਾਰ ਸਾਡੇ ਨਾਲ ਕੀ ਇਹਨਾਂ ਲੋਕਾਂ ਨੇ ਕਰਨਾ। ਅੱਜ ਵੀ ਤੁਸੀਂ ਦੇਖ ਲਓ, ਅੱਜ ਜਿੰਨੀਆਂ ਫੈਕਟਰੀਆਂ ਕਾਰਖਾਨੇ ਲੱਗੇ ਨੇ ਪੰਜਾਬ ਦੀ ਧਰਤੀ, ਸਾਡੀਆਂ ਜ਼ਮੀਨਾਂ ਰੋਕੀਆਂ ਗਈਆਂ, ਸਾਡੇ ਪਾਣੀ ਇਹ ਪ੍ਰੀਤ ਕਰੀ ਜਾਂਦੇ ਹੇਠਾਂ ਗੰਦਾ ਪਾਣੀ ਸਿੱਟ ਸਿੱਟ ਕੇ, ਸਾਡੀਆਂ ਹਵਾਵਾਂ ਦੂਸ਼ਿਤ ਕਰਤੀਆਂ। ਨੌਕਰੀ ਕਿਹਨਾਂ ਨੂੰ? ਯੂਪੀ ਦਿਆਂ ਨੂੰ, ਗੁਜਰਾਤ ਦਿਆਂ ਨੂੰ, ਬੰਗਾਲ ਦਿਆਂ ਨੂੰ, ਬਿਹਾਰ ਦਿਆਂ ਨੂੰ। ਸਰਕਾਰੀ ਨੌਕਰੀਆਂ ਦੇ ਵਿੱਚੋਂ ਆਪਾਂ ਖਤਮ ਕਰ ਦਿੱਤੇ ਗਏ। ਆਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹੁਣ ਨਵੀਆਂ ਪੋਸਟਾਂ ਕੱਢੀਆਂ ਨੇ, ਸਾਡਾ ਇੱਕ ਵੀ ਪੰਜਾਬੀ ਨਹੀਂ ਰੱਖਿਆ। ਆਹ ਬਿਜਲੀ ਬੋਰਡ ਨੇ 500 SBO ਰੱਖਿਆ ਸੀਗਾ, 400 ਬਾਹਰਲਾ, 100 ਸਾਡਾ ਪੰਜਾਬੀ ਹੈ। ਉਹ ਸਰਦਾਰ ਕਪੂਰ ਸਿੰਘ ਨੇ ਗੱਲ ਕਹੀ ਸੀ ਇੱਕ ਕਿ ਜੇ ਆਹੀ ਕੁਛ ਕੌਮ ਆਹੀ ਸੁੱਤੀ ਰਹੀ ਨਾ ਤਾਂ ਅਸੀਂ ਇਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਹੋਇਆ ਕਰਾਂਗੇ। ਡਰਾਈਵਰ ਅੱਜ ਉਹ ਸਮਾਂ ਆ ਗਿਆ, ਅੱਜ ਅਸੀਂ ਇਹਨਾਂ ਲੋਕਾਂ ਦੀਆਂ ਗੱਡੀਆਂ ਦੇ ਡਰਾਈਵਰ, ਇਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਦੇ ਹਾਂ, ਇਹਨਾਂ ਦੇ ਵੱਡੇ ਵੱਡੇ ਹੋਟਲਾਂ ਦੇ ਵੱਡੀਆਂ ਵੱਡੀਆਂ ਦੁਕਾਨਾਂ ਦੇ ਮੂਹਰੇ ਖੜ ਕੇ ਚੌਕੀਦਾਰ ਬਣੇ ਖੜੇ ਹੁੰਦੇ, ਗੇਟ ਖੋਲਦੇ ਹੁੰਦੇ ਆ, ਖੜੇ ਕਿ ਨਹੀਂ ਦੇਖਦੇ ਹੁੰਦੇ ਤੁਹਾਨੂੰ ਵੀ। ਸਾਨੂੰ ਦੋਹਰੀ ਮਾਰ ਪਈ, ਸਾਡਾ ਨਿਖਿੰਦਪਣਾ, ਨਿਕੰਮਾਪਣ, ਅਵੇਸਲਾਪਣ, ਤੇ ਸਾਡੇ ਆਗੂ ਜਿਹੜੇ ਜਦੋਂ ਵੀ ਲੱਗੇ, ਜਿੰਨੇ ਵੀ ਅੱਗੇ ਆਏ, ਉਹ ਸਾਰਿਆਂ ਨੇ ਸਾਡੇ ਨਾਲ ਗਦਾਰੀ ਕੀਤੀ, ਪਿੱਠ ਛੁਰਾ ਮਾਰਿਆ ਸਾਡੇ। ਇੱਥੋਂ ਸੁਣੋਗੇ, ਜਾਓਗੇ, ਫਿਰ ਆਪਣੇ ਕੰਮ ਨੂੰ ਕੰਮਾਂ ਕਾਰਾਂ 'ਚ ਲੱਗ ਜਾਂਗੇ। ਕੋਈ ਗੱਲ ਨਹੀਂ ਯਾਰ, ਗੱਲਾਂ ਤਾਂ ਠੀਕ ਨੇ, ਠੀਕ ਆ, ਕੋਈ ਗੱਲ ਨਹੀਂ, ਦੇਖਦੇ ਅੱਗੇ ਕੀ ਬਣਦਾ, ਪਰ ਇਹਦੀ ਅਮਲ ਕਦੋਂ ਕਰੋਗੇ? ਅਮਲਾਂ ਮੇਰਾ ਨਵੇੜੇ ਨਹੀਂ ਹੋਣੇ, ਇਹ ਲੜਨਾ ਪੈਣਾ। ਇਹ ਬਾਦਲਾਂ ਦਾ, ਕੈਪਟਨਾਂ ਦਾ ਪੰਜਾਬ ਨਹੀਂ ਹੈ, ਇਹ ਸਮਝਣਾ ਪੈਣਾ, ਪੰਜਾਬ ਮੇਰਾ, ਇਹਦੇ ਲਈ ਮੈਂ ਲੜੂੰਗਾ, ਮੈਂ ਮਰੂੰਗਾ। ਲੱਗਦਾ ਕੁਛ ਤੁਹਾਨੂੰ ਇਸ ਤਰ੍ਹਾਂ ਦਾ ਅੰਦਰੋਂ ਕੁਛ ਹੁੰਦਾ ਕਿ ਨਹੀਂ ਹੁੰਦਾ? ਹੁਣ ਦੂਜੀ ਗੱਲ ਸੁਣ ਲਓ, ਸਿੱਖ ਨੂੰ ਸਿੱਖ ਨੇ ਮਾਰਿਆ। ਜੇ 80-90 ਦੇ ਦੌਰ ਦੀ ਆਪਾਂ ਗੱਲ ਕਰਦੇ ਹਾਂ, ਖਾੜਕੂ ਵੀ ਸਿੱਖ ਸੀ, ਪੁਲਿਸ ਵਾਲੇ ਵੀ ਸਿੱਖ ਸੀ, ਮਾਰਿਆ ਕਿ ਨਹੀਂ ਮਾਰਿਆ? ਅੱਜ ਵੀ ਸਮਾਂ ਇਹੀ ਆਊ, ਤੁਸੀਂ ਦੇਖ ਲਿਓ, ਜੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ, ਇੱਧਰ ਵੀ ਲੜਨ ਵਾਲੇ ਸਿੱਖ ਹੋਣਗੇ, ਮੂਹਰੇ ਰੋਕਣ ਵਾਲੇ ਤੇ ਟਕਰਾਉਣ ਵਾਲੇ ਵੀ ਸਿੱਖ ਹੋਣਗੇ। ਸਾਨੂੰ ਆਪਦਿਆਂ ਹੱਥੋਂ ਆਪਦਿਆਂ ਨੂੰ ਮਰਵਾਇਆ ਇਹਨਾਂ ਲੋਕਾਂ ਨੇ। ਗੁਲਾਮਾਂ ਨਾਲ ਇਹੀ ਹੁੰਦਾ। ਗੱਲਾਂ ਬਥੇਰੀਆਂ ਨੇ, ਜਾਣਾ ਵੀ ਦੂਰ ਹੈ, ਪਰ ਕਦੋਂ ਵੀ ਥੱਕੇ ਪਏ ਹਾਂ, ਤੁਸੀਂ ਵੀ ਘਰੋਂ ਘਰੀ ਜਾਣਾ ਹੋਣਾ, ਤਾਂ ਬਸ ਇਹ ਅਖੀਰ ਦੇ ਉੱਤੇ ਹੀ ਬੇਨਤੀ ਕਰਦਾ ਕਿ ਇੱਕ ਤਾਂ 5 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਹੈਗਾ ਸਾਰੀਆਂ ਜਥੇਬੰਦੀਆਂ ਵੱਲੋਂ, ਉਹਨੂੰ ਪੂਰਨ ਤੌਰ 'ਤੇ ਆਪਾਂ ਪਾਬੰਦ ਕਰੀਏ, ਬੰਦ ਕਰੀਏ। 1, 26 ਅਤੇ 27 ਨਵੰਬਰ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਹੈ, ਉਹਦੇ ਨਾਲ ਐਂ ਹੋ ਜਾਵੇ ਵੀ ਯਾਰ ਛੱਡ, ਉੱਥੇ ਕੀ ਕਰਾਂਗੇ, ਰਹਿਣ ਦੇ ਯਾਰ, ਆਪਣੇ ਤਾਂ ਬਹੁਤ ਵੱਗ ਗਏ। ਉਹਦੇ ਦਾ ਬਸ ਜਿੰਨੇ ਤੁਹਾਡੇ ਸੱਜਣ ਮਿੱਤਰ ਨੇ, ਰਿਸ਼ਤੇਦਾਰ ਨੇ, ਕੋਈ ਪਿੰਡ ਵਾਲੇ, ਸਾਰਿਆਂ ਨੂੰ ਸੁਨੇਹੇ ਲਾ ਦੇ ਵੀ ਸਾਰਿਆਂ ਨੇ ਜਾਣਾ, ਚੱਲੋਗੇ? ਸੜਕਾਂ ਉਹਦੇ ਪੰਜਾਬ ਦੀਆਂ ਭਰੀਆਂ ਦਿਖਣੀਆਂ ਚਾਹੀਦੀਆਂ ਨੇ, ਜਿੰਨੀਆਂ ਵੀ ਦਿੱਲੀ ਵੱਲ ਨੂੰ ਜਾਂਦੀਆਂ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਪੰਜਾਬ ਉੱਠ ਕੇ ਦਿੱਲੀ ਵੱਲ ਕਰੂਗਾ, ਤਾਂ ਦਿੱਲੀ ਨੂੰ ਵਕਤ ਪੈਣਾ ਜਾ ਕੇ। ਲੜਾਈ ਭਰਾਵੋ ਆਖਰੀ ਹੈ, ਵਾਰ ਵਾਰ ਆਪਾਂ ਕਿਉਂ ਗੱਲ ਕਰਦੇ ਹਾਂ ਕਿ ਸਾਡੀ ਵਜੂਦ ਦੀ ਲੜਾਈ ਹੈ, ਸਾਡੀ ਹੋਣ ਦੀ ਲੜਾਈ ਹੈ। ਇਹ ਲੜਾਈ ਇਕੱਲੀ ਆਰਥਿਕਤਾ ਨਾਲ ਨਹੀਂ ਜੁੜੀ ਹੋਈ, ਇਕੱਲੇ ਖੇਤੀ ਦੇ ਕਾਨੂੰਨਾਂ ਨਾਲ ਨਹੀਂ ਜੁੜੀ ਹੋਈ ਲੜਾਈ ਹੈ, ਇਹ ਲੜਾਈ ਸਾਡੇ ਵਜੂਦ ਦੀ ਹੈ। ਅਗਲਾ ਸਾਡੇ ਵਜੂਦ ਨੂੰ ਖਾ ਜਾਣਾ ਚਾਹੁੰਦਾ, ਖਤਮ ਕਰ ਦੇਣਾ ਚਾਹੁੰਦਾ,
ਉਹ ਜਿਹੜੀ ਸਾਡੀ ਵਿਲੱਖਣਤਾ ਦੀ ਗੱਲ ਅਸੀਂ ਕਰਦੇ ਹਾਂ, ਉਹ ਜਿਹੜੀ ਵਿਚਾਰਧਾਰਾ ਸਾਡੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਉਹਦੀ ਗੱਲ ਕਰਦੇ ਹਾਂ, ਉਹ ਅਗਲੂ ਚੁੱਭਦੀ ਔਰ ਰੜਕਦੀ ਹੈ, ਅਗਲਾ ਉਹਨੂੰ ਖਤਮ ਕਰਨਾ ਚਾਹੁੰਦਾ। ਦੂਜੀ ਗੱਲ ਇੱਕ ਹੋਰ ਦੇਖ ਲਓ, ਅੱਜ ਕੱਲ੍ਹ ਇਹ ਨਵਾਂ ਕਰਨ ਡਰਾਮਾ ਖੇਡਣਾ ਸ਼ੁਰੂ ਕਰਤਾ ਕਿ ਜੀ ਅਸੀਂ ਦਲਿਤਾਂ ਦੇ ਨਾਲ, ਅਸੀਂ ਇਹਨਾਂ ਦਾ ਜਿਹੜਾ ਵਿਜੇ ਸਾਂਪਲਾ ਹੈ ਜਾਂ ਹੋਰ ਜਿਹਨੇ ਤਾਰੂ ਚੁੱਕ ਕਰਕੇ ਜਾਂ ਹੋਰ ਦੇ ਲੀਡਰ ਹੈ ਵੀ ਅਸੀਂ ਦਲਿਤਾਂ ਦੇ ਆ ਕੇ ਰੈਲੀਆਂ ਕੱਢ ਰਹੇ ਹਾਂ ਜੀ, ਫਤਿਹਗੜ੍ਹ ਸਾਹਿਬ ਤੋਂ ਆ ਰਹੇ ਨੇ, ਜਲੰਧਰ ਤੋਂ ਆ ਰਹੇ ਨੇ, ਚੰਡੀਗੜ੍ਹ ਵੱਲ ਨੂੰ। ਹੁਣ ਤੁਸੀਂ ਇਹ ਦੇਖੋ, ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੋਵੇ ਦਲਿਤਾਂ ਦਾ, ਉਹ ਹੈ ਦਲਿਤਾਂ ਦਾ ਹਾਮੀ ਬਣਿਆ ਬੈਠਾ। ਦੋ ਗੱਲਾਂ ਮੈਂ ਕਹੂੰਗਾ, ਇੱਕ ਤਾਂ ਭਾਰਤੀ ਲੋਕ ਨੀਚ ਕਿਵੇਂ ਬਣੇ, ਇਹ ਕਿਤਾਬ ਹੈ ਪ੍ਰੋਫੈਸਰ ਨਾਮ ਸਿੰਘ ਦੀ, ਇਹਦੇ ਵਿੱਚ ਸਾਰਾ ਕੁਛ ਦੱਸਿਆ ਹੋਇਆ ਕਿ ਭਾਰਤੀ ਲੋਕ ਨੀਚ ਕਿਵੇਂ ਬਣੇ, ਉਹ ਸਾਰਾ ਮਨੁਵਾਦ ਮਨੁ ਸਿਮਰਤੀ ਉਹ ਸਾਰਾ ਕੁਛ ਦੱਸਿਆ ਹੋਇਆ, ਲੈ ਕੇ ਜ਼ਰੂਰ ਪੜ੍ਹਿਓ, ਪੜ੍ਹੋਗੇ ਤਾਂ ਨਹੀਂ, ਭਾਰਤੀ ਲੋਕ ਕੁਛ ਪੜ੍ਹੇ ਹੋਣੇ ਆ, ਭਾਰਤੀ ਲੋਕ ਨੀਚ ਕਿਵੇਂ ਬਣੇ, ਕੀ ਆ ਉਹ ਮਨੁਵਾਦ, ਕੀ ਚੀਜ਼ ਆ, ਪੜ੍ਹ ਲਿਓ। ਤੁਹਾਨੂੰ ਸਾਰਾ ਲੰਬਾ ਚੌੜਾ ਕੰਮ ਹੈ, ਦੱਸਣ ਬੈਠੂਗਾ ਦੋ ਚਾਰ ਘੰਟੇ ਲੱਗ ਜਾਣੇ। ਦੂਜਾ ਆਨੰਦਪੁਰ ਸਾਹਿਬ ਦਾ ਪਤਾ ਜ਼ਰੂਰ ਪੜ੍ਹਿਓ, ਕਿੰਨੇ ਕਹਿੰਦੇ ਪੜ੍ਹਿਆ ਹੁਣ ਤੱਕ, ਨੌਜਵਾਨਾਂ ਚੋਂ ਘੱਟ ਪੜ੍ਹਿਆ ਹੋਣਾ, ਨੌਜਵਾਨੋ ਆਨੰਦਪੁਰ ਸਾਹਿਬ ਦਾ ਮਤਾ ਉਹ 18 ਮਤੇ ਉਹ 18 ਮੰਗਾਂ ਕਿਹੜੀਆਂ ਨੇ ਲੈ ਕੇ ਜ਼ਰੂਰ ਪੜ੍ਹਿਓ। ਉਹ ਮਤੇ ਨੂੰ ਇਸ ਕਰਕੇ ਪ੍ਰਚਾਰਿਆ ਗਿਆ ਕਿ ਸਿੱਖਾਂ ਦਾ ਮਤਾ ਜੀ, ਸਿੱਖ ਅਲੈਦਗੀ ਦੀ ਗੱਲ ਕਰਦੇ ਨੇ, ਸਿੱਖ ਆਪਣੀ ਖੁਦਮੁਖਤਿਆਰੀ ਦੀ ਗੱਲ ਕਰਦੇ ਨੇ, ਉਹ ਆਨੰਦਪੁਰ ਸਾਹਿਬ ਦੇ ਮਤੇ ਨੂੰ ਜਾਣ ਬੁੱਝ ਕੇ ਇੱਕ ਇੱਕ ਧੜੇ ਨਾਲ ਜੋੜ ਦਿੱਤਾ ਗਿਆ, ਇੱਕ ਤਬਕੇ ਨਾਲ ਜੋੜ ਦਿੱਤਾ ਗਿਆ, ਉਹਨੂੰ ਫਿਰਕੂ ਬਣਾ ਦਿੱਤਾ ਗਿਆ। ਹਾਲਾਂਕਿ ਆਨੰਦਪੁਰ ਸਾਹਿਬ ਦਾ ਮਤਾ ਇਹੀ ਗੱਲਾਂ ਕਰਦਾ, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬੀ ਬੋਲੀ ਦੀ ਗੱਲ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਚੰਡੀਗੜ੍ਹ ਦੀ ਗੱਲ, ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ, ਫੈਡਰਲ ਢਾਂਚੇ ਦੀ ਗੱਲ, ਕੋਈ ਵੀ ਸੂਬਾ ਤੈਅ ਕਰੂਗਾ ਆਪਣੀਆਂ ਫਸਲਾਂ ਦੇ ਭਾਅ, ਇਹ ਉਹ ਚ ਮੰਗ ਹੈ। ਉਹ ਸਾਰੀਆਂ ਮੰਗਾਂ ਜਿਹੜੀਆਂ ਅੱਜ ਅਸੀਂ ਲੈ ਕੇ ਬੈਠੇ ਹਾਂ ਉਹ 73-78 ਦੇ ਵਿੱਚ ਆਈਆਂ ਹੋਈਆਂ ਨੇ, ਪਰ ਜਾਣ ਬੁੱਝ ਕੇ ਉਹ ਪ੍ਰਚਾਰ ਆ ਗਿਆ, ਉਹ ਦੂਜੇ ਲੋਕਾਂ ਨੂੰ ਸਾਡੇ ਪਾਸੇ ਕਰ ਦਿੱਤਾ ਗਿਆ। ਉਹ ਜ਼ਰੂਰ ਪੜ੍ਹਿਓ ਕਿਉਂਕਿ ਸਾਨੂੰ ਭੁਲਾਇਆ ਭੁਲਾਈਆਂ ਗਈਆਂ ਚੀਜ਼ਾਂ, ਇਹ ਜਾਣ ਬੁੱਝ ਕੇ ਸਾਡੀ ਜਵਾਨੀ ਹੁਣ ਮਾੜੀ ਜਿਹੀ ਗੱਲ ਉੱਭਰਨ ਲੱਗੀ, ਉੱਠਣ ਲੱਗੀ ਆਨੰਦਪੁਰ ਸਾਹਿਬ ਦੇ ਮਤੇ ਦੀ। ਪਹਿਲਾਂ ਅਸੀਂ ਕਿੰਨਾ ਕੁ ਜਾਣਦੇ ਸੀ ਆਨੰਦਪੁਰ ਸਾਹਿਬ ਦਾ ਮਤਾ ਹੈ ਕੀ ਆ, ਕਿਸੇ ਨਾਲ ਕੋਈ ਚੇਤੇ ਨਹੀਂ ਸੀ ਸਾਡੀ ਜਵਾਨੀ ਦਾ, ਹੁਣ ਗਾਉਣ ਵਾਲੇ ਭਰਾ ਨੇ ਵਿਚਾਰੇ ਇਹ ਵੀ ਨਾਲ ਤੁਰੇ ਫਿਰਦੇ ਆ, ਕਨਮਰ ਹੈ, ਹਰਫ ਹੈ, ਯਸ ਹੁੰਦਾ, ਰੋਜ਼ ਦਿਨੇ ਵੀ ਰਾਤ ਨੂੰ ਵੀ ਇਕੱਠੇ ਹੁੰਦੇ ਹਾਂ ਅਸੀਂ, ਇਹ ਵੀ ਵਿਚਾਰੇ ਉਦੋਂ ਦੀ ਇੱਕ ਮਹੀਨਾ ਹੋਗਾ ਲਗਾਤਾਰ ਆਪਣੇ ਛੱਡ ਕੇ ਪ੍ਰੋਗਰਾਮ 'ਤੇ ਇੱਧਰ ਨਾਲ ਤੁਰੇ ਫਿਰਦੇ ਆ, ਪਰ ਸਾਡੀ ਜਿਹੜੀ ਜਵਾਨੀ ਕੁਛ ਗਾਇਕਾਂ ਗੂਕਾਂ ਮਗਰ ਦੂਜਿਆਂ ਮਗਰ ਵੀ ਤੁਰੀ ਫਿਰਦੀ ਰਹੀ ਹੈ। ਸਾਨੂੰ ਜਾਣ ਬੁੱਝ ਕੇ ਇੱਧਰ ਨੂੰ ਧਿਆਨ ਸਾਡਾ ਆਉਣ ਨਹੀਂ ਦਿੱਤਾ, ਸਾਡੇ ਅੱਗੇ ਪਰੋਸਣੀਆਂ ਉਹ ਚੀਜ਼ਾਂ ਗਈਆਂ ਜਿਹੜੀਆਂ ਸਾਨੂੰ ਇੱਧਰ ਵੱਲ ਕਰੇ ਧਿਆਨ ਨਾ ਆ ਜਾਏ ਆਪਣੇ ਹੱਕਾਂ ਵੱਲ ਆਪਣੀਆਂ ਮੰਗਾਂ ਵੱਲ। ਆ ਚੱਕੇ 'ਤੇ ਲਾਇਆ ਗਿਆ ਸਾਡੀ ਜਵਾਨੀ ਨੂੰ, ਇਹ ਵੀ ਨਸਲਕੁਸ਼ੀ ਆ, ਇਹ ਸਾਜ਼ਿਸ਼ਾਂ ਨੇ ਕਿ ਕਿਵੇਂ ਕਿਸੇ ਕੌਮ ਨੂੰ ਮਾਰਨਾ, ਜਾਣ ਬੁੱਝ ਕੇ ਲਾਇਆ ਗਿਆ। ਇੱਕ ਆਮ ਵਰਤਾਰਾ ਨਹੀਂ ਹੈਗਾ ਚੇਤਾ ਵੀ ਕੋਈ ਆਮ ਆ ਗਿਆ ਜਿਹਦੀ ਪੀਣ ਲੱਗ ਗਈ, ਜਾਣ ਬੁੱਝ ਕੇ ਇਹਨੂੰ ਪਤਾ ਹੈ ਕਿ ਜਵਾਨੀ ਨੂੰ ਕਿਵੇਂ ਖੁੱਡਾ ਕਰਨਾ ਹੈ। ਹੁਣ ਤੁਹਾਡੇ ਸਾਹਮਣੇ ਮੈਂ ਇੱਕ ਉਦਾਹਰਨ ਖੜਾ, ਮੈਂ 300 ਮੀਲ ਤੋਂ ਤੜਕਿਆ ਤੁਰਿਆ ਤੁਹਾਡੇ ਕੋਲ ਆਇਆ ਇੱਥੇ ਮੋਹਾਲੀ ਦੇ ਵਿੱਚ। ਤੁਸੀਂ ਇਹ ਦੇਖੋ ਕਿ ਜੇ ਮੈਂ ਚਿੱਟਾ ਪੀਣ ਵਾਲਾ ਹੁੰਦਾ ਮੈਂ ਇੱਥੇ ਆਉਂਦਾ, ਮੈਂ ਸ਼ੀਸ਼ੀਆਂ ਪੀਣਾ ਹੁੰਦਾ, ਮੈਂ ਟੀਕੇ ਲਾਉਣਾ ਮੈਂ ਇੱਥੇ ਆਉਂਦਾ, ਮੈਂ ਦੇਖਣਾ ਸੀ ਯਾਰ ਮੇਰਾ ਚਿੱਟਾ ਮੁੱਕ ਗਿਆ, ਕੱਲ੍ਹ ਦਾ ਜੁਗਾੜ ਕਿਵੇਂ ਕਰਨਾ ਹੈ, ਬੇਬੇ ਦੇ ਸੰਦੂਕ ਚੋਂ ਕਿਵੇਂ ਪੈਸੇ ਕੱਢਾਂ, ਘਰੋਂ ਕਣਕ ਕਿਵੇਂ ਵੇਚਾਂ ਜੇ ਘਰੋਂ ਦਾਣੇ ਮੁੱਕ ਗਏ, ਰਾਹ ਜਾਂਦਾ ਰਾਹਗੀਰ ਕਿਵੇਂ ਲੁੱਟਣਾ, ਏਟੀਐਮ ਕਿਵੇਂ ਭਰਨਾ, ਮੇਰੀ ਸੋਚ ਉੱਥੇ ਉਲਝ ਜਾਣੀ ਸੀ। ਉਹ ਚਾਹੁੰਦੇ ਨੇ ਵੀ ਉਹਦੀ ਸੋਚ ਨੌਜਵਾਨ ਦੀ ਉੱਥੇ ਉਲਝਾ ਦਿਓ, ਇਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਹੀ ਨਾ, ਤਾਂ ਜਾਣ ਬੁੱਝ ਕੇ ਚਿੱਟਾ ਲਿਆਂਦਾ ਗਿਆ। ਇੱਕ ਜਵਾਨੀ ਸਾਡੀ ਇਹਨਾਂ ਨੇ ਉਸ ਸਮੇਂ 'ਚ ਮਾਰੀ ਗੋਲੀਆਂ ਦੇ ਨਾਲ ਮੁਕਾਬਲੇ ਬਣਾ ਬਣਾ, ਅਗਲੀ ਜਵਾਨੀ ਸਾਡੀ ਚਿੱਟੇ ਦੇ ਮਾਰੀ ਇਹਨਾਂ ਨੇ ਲਾ ਕੇ, ਆ ਅਗਲੀ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਇੱਥੇ ਬੇਰੁਜ਼ਗਾਰੀ ਪੈਦਾ ਕਰ ਕਰਕੇ ਇੱਥੇ ਕਹਿੰਦੇ ਜੀ ਮਾਹੌਲ ਖਰਾਬ ਹੋ ਗਿਆ, ਚਿੱਟਾ ਆ ਗਿਆ, ਆਹ ਹੋ ਗਿਆ, ਉਹ ਹੋ ਗਿਆ, ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਡਰ ਖੜਾ ਕਰਕੇ ਭਾਜੋ ਬਾਹਰ ਨੂੰ ਕੈਨੇਡਾ ਅਮਰੀਕਾ ਨੂੰ। ਲੁਧਿਆਣੇ ਵਾ ਇਹ ਮੈਂ ਉੱਥੇ ਗੱਲ ਕਰਦਾ ਸੀ, ਪਿੱਛੇ ਜਿਹੇ ਇੱਕ ਗੀਤ ਆਇਆ ਸੀ ਲੁਧਿਆਣੇ ਕਿ ਪੁਲ ਆਟੋ ਤੇ ਬਈਆਂ ਨੇ ਦੱਬ ਲਿਆ ਲੁਧਿਆਣਾ ਨੇ, ਆਇਆ ਸੀ ਨਾ, 18-20 ਲੱਖ ਬਈਆ ਬੈਠਾ, ਸਾਰੀਆਂ ਫੈਕਟਰੀਆਂ ਕਾਰਖਾਨੇ 'ਚ ਵੱਡੇ ਵੱਡੇ ਉਹਦਿਆਂ ਦੇ ਬਈਏ ਬੈਠੇ ਨੇ, ਗੰਦ ਪਾਦਾ ਬੁੱਢਾ ਦਰਿਆ ਸਾਰਾ ਗੰਦਾ ਕਰਤਾ ਫੈਕਟਰੀਆਂ ਦਾ, ਜਿੰਨਾ ਗੰਦ ਮੰਦ ਬੁੱਢੇ ਦਰਿਆ ਰਾਹੀਂ ਸਤਲੁਜ ਪੈ ਰਿਹਾ। ਮੈਂ 2-3 ਸਾਲ ਪਹਿਲਾਂ ਉੱਥੇ ਆਇਆ ਲੋਕਾਂ ਨੂੰ ਨਾਲ ਲੈ ਕੇ, ਮੈਂ ਕਿਹਾ ਭਾਈ ਆ ਜਾਓ ਆਪਾਂ ਰੌਲਾ ਗੋਲਾ ਪਾਈਏ, ਲੋਕ ਉੱਠਣ ਨੂੰ ਤਿਆਰ ਨੇ,
ਪੂਰੇ ਪੂਰੇ ਪਿੰਡ ਜਿਹੜੇ ਬੁੱਢੇ ਦਰਿਆ ਦੇ ਉੱਤੇ ਜਮਾਂ ਬੈਠੇ ਨੇ ਪੂਰੇ ਪੂਰੇ ਪਿੰਡ ਕਾਲੇ ਪੀੜੇ ਦੇ ਕੈਂਸਰ ਨਾਲ ਪੀੜਤ ਨੇ। ਪਿਛਲੇ ਸਾਲ ਰੌਲਾ ਪਾਇਆ ਸੀ 35 ਫੈਕਟਰੀਆਂ ਸੀਲ ਹੋਈਆਂ ਕਿੰਨੇ ਚਿਰ ਲਈ 20-25 ਦਿਨ ਲਈ ਫਿਰ ਖੋਲਤੀਆਂ। ਕਿੰਨਾਂ ਦੀਆਂ ਫੈਕਟਰੀਆਂ ਨੇ ਕਾਰਪੋਰੇਟ ਘਰਾਣਿਆਂ ਦੀਆਂ ਤਕੜੇ ਬੰਦਿਆਂ ਦੀਆਂ। ਅਸੀਂ ਸੋਚਦੇ ਹੁੰਦੇ ਅਸੀਂ ਕੀ ਲੈਣਾ ਸਾਨੂੰ ਕੀ ਆ ਹੁਣ ਅਸੀਂ ਮੈਂ ਅਸੀਂ ਚਾਰ ਚੁਫੇਰੇ ਜੋ ਪੰਜਾਬ ਜਾਂਦੇ ਹਾਂ ਸਾਡੀ ਪਹਿਲਾਂ ਨਿਗਾਹ ਹੁੰਦੀ ਆ ਬੋਰਡਾਂ 'ਤੇ ਵੀ ਅੰਗਰੇਜ਼ੀ ਕਿੱਥੇ ਲਿਖੀ ਆ ਪੰਜਾਬੀ ਕਿੱਥੇ ਲਿਖੀ। ਦੂਜੀ ਸਾਡੀ ਨਿਗਾਹ ਹੁੰਦੀ ਆ ਵੀ ਕੋਈ ਬੰਦਾ ਰਾਜ ਕੋਈ ਕੱਸੀ ਸੂਆ ਲੰਘਦਾ ਕੋਈ ਨਹਿਰ ਲੰਘਦੀ ਹੈ ਕੋਈ ਦਰਿਆ ਲੰਘਦਾ ਪਾਣੀ ਤਾਂ ਨਹੀਂ ਪਲੀਤ ਹੋ ਰਿਹਾ ਧਰਤੀ ਹੇਠ ਤਾਂ ਨਹੀਂ ਕੋਈ ਪਾਣੀ ਪਾਈ ਜਾਂਦਾ ਜ਼ਹਿਰੀਲਾ। ਅਸੀਂ ਅੱਖਾਂ ਮੀਚ ਕੇ ਲੰਘੇ ਸਾਡੇ ਖੋਪੇ ਨਹੀਂ ਆ ਖੋਪੇ ਚੜ੍ਹਾਏ ਹੁੰਦੇ ਖੋਪੇ ਵੇ ਆ ਸਿੱਧੂ ਹੀ ਨਿਗਾਹ ਇੱਕ ਪਾਸੇ ਇੱਧਰ ਅਸੀਂ ਇੱਧਰ ਕੀ ਹੁੰਦਾ ਇੱਧਰ ਕੀ ਹੁੰਦਾ ਨਾ ਉਹ ਨਹੀਂ ਦੇਖਣਾ ਆ ਤੀਜੀ ਤੀਜੀ ਅੱਖ ਖੋਲੋ ਯਾਰ ਇੱਥੋਂ ਆ ਦੋ ਅੱਖਾਂ ਤਾਂ ਅਸੀਂ ਖੋਲ ਹੀ ਰੱਖੀਆਂ ਆ ਦਿਮਾਗ ਵੀ ਖੋਲ ਕੇ ਰੱਖਿਆ ਕਰੋ ਚੇਤਨ ਕਰੋ ਇਹਨੂੰ ਇਹ ਨਾ ਸੋਚਿਆ ਕਰੋ ਕਿ ਫਲਾਨਾ ਆਊਗਾ ਜੀ ਉੱਥੋਂ ਫਲਾਨਾ ਆਊਗਾ ਜੀ ਤਾਂ ਲੜਾਂਗੇ ਜੀ ਤਾਂ ਕੁਛ ਕਰਾਂਗੇ। ਆ ਇੱਕ ਮੈਂ ਵੀਡੀਓ ਦੇਖਦਾ ਸੀ ਇਹ ਇਕੱਲੇ ਮੁੰਡੇ ਨੇ ਟੋਲ ਰੋਕਤਾ ਸੀ ਅਸੀਂ ਇਕੱਲੇ ਇਕੱਲੇ ਵੀ ਜੇ ਖੜ ਜਾਈਏ ਨਾ ਸਾਡੇ ਕੋਲ ਸੱਚ ਹੋਵੇ ਅਸੀਂ ਇਕੱਲੇ ਇਕੱਲੇ ਵੀ ਹਿਲਾ ਸਕਦੇ ਆਸਰਾ ਨਾ ਤੱਕਿਆ ਕਰੋ ਜੇ ਅਸੀਂ ਆਸਰਾ ਤੱਕਦੇ ਹਾਂ ਦੂਜੇ ਦੇ ਮੋਢੇ ਰੱਖ ਕੇ ਚੱਲਦੇ ਹਾਂ ਮੈਨੂੰ ਹੁਣ ਇਹ ਅੱਗੇ ਲੱਗਿਆ ਸਾਰਾ ਕੁਝ ਇਹੀ ਕਰਕੇ ਦੇਊਗਾ ਅਸੀਂ ਆਪਣੇ ਅੰਦਰ ਵੀ ਉਹ ਜੋਸ਼ ਪੈਦਾ ਕਰੀਏ ਨਾ। ਸੋ ਆਓ ਯਾਰ ਗੱਲਾਂ ਬਾਤਾਂ ਹੋਰ ਬਥੇਰੀਆਂ ਨੇ ਕਰਨ ਨੂੰ ਵੀ ਦਿਲ ਕਰਦਾ ਬੜੀ ਟਿਕ ਟਿਕੀ ਲਾ ਕੇ ਬੜਾ ਸ਼ਾਂਤ ਤਰੀਕੇ ਦੇ ਨਾਲ ਰਾਤ ਦਾ ਮਾਹੌਲ ਆ ਸੁਣ ਰਹੇ ਹੋ ਪਰ ਅਮਲ ਮੇਰਾ ਵੀਰ ਜ਼ਰੂਰ ਕਰਿਓ ਯਾਰ ਥੋੜ੍ਹਾ ਮੋਟਾ ਜ਼ਰੂਰ ਅਮਲ ਕਰੋ ਨਹੀਂ ਬੜਾ ਕਰ ਸਕਦੇ ਤਾਂ ਜ਼ਿੰਦਗੀ ਦਾ ਮੈਂ ਕਹਿੰਦਾ ਹੁੰਦਾ 20% ਹਿੱਸਾ ਤੁਸੀਂ ਆਪਣਾ 20% ਹਿੱਸਾ ਆਪਣੀ ਜ਼ਿੰਦਗੀ ਦਾ ਆਪਣੇ ਸਮਾਜ ਆਪਣੇ ਕੌਮ ਦੇ ਲੇਖੇ ਵੀ ਲਾਓ ਇੱਧਰ ਨੂੰ ਵੀ ਧਿਆਨ ਮਾਰਿਆ ਕੋਈ ਗੱਲ ਨਹੀਂ ਜ਼ਿੰਦਗੀਆਂ ਜਾਂਦੀਆਂ ਆਉਂਦੀਆਂ ਰਹਿੰਦੀਆਂ ਨੇ ਜਾਣਾ ਹੀ ਸਾਰਿਆਂ ਨੇ ਹੈ ਕੋਈ ਵੱਡੀ ਉਮਰ ਦਾ ਅਤੇ ਕੋਈ ਛੋਟੀ ਉਮਰ ਦਾ ਹੋ ਕੇ ਮਰੀ ਜਾਂਦਾ ਐਕਸੀਡੈਂਟ ਵੀ ਲੋਕ ਮਰ ਜਾਂਦੇ ਨੇ ਹਾਰਟ ਅਟੈਕ ਨਾਲ ਵੀ ਲੋਕ ਮਰ ਜਾਂਦੇ ਨੇ ਤਾਂ ਇਸ ਕਰਕੇ ਮੈਂ ਕਹਿਣਾ ਕਿ ਯਾਰ ਜ਼ਿੰਦਗੀ ਸਾਡੀ ਉਹੀ ਸਫਲ ਹੁੰਦੀ ਹੈ ਸਾਨੂੰ ਜਿਉਂਦਿਆਂ ਨੂੰ ਵੀ ਮਾਣ ਹੋਵੇ ਕਿ ਹਾਂ ਆਪਣੇ ਸਮਾਜ ਆਪਣੀ ਕੌਮ ਲਈ ਜਾ ਰਹੇ ਹਾਂ ਜਿੱਦੇ ਮਰਾਂਗੇ ਉੱਦਾਂ ਵੀ ਮਾਣ ਹੋਵੇ ਕਿ ਕੁਛ ਨਾ ਕੁਛ ਆਪਣੀ ਕੌਮ ਆਪਣੇ ਸਮਾਜ ਲਈ ਕਰਕੇ ਮਰ ਇੰਨਾ ਜ਼ਰੂਰ ਆਪਣੇ ਦਿਲ ਦੇ ਵਿੱਚ ਖਿਆਲ ਰੱਖਿਆ। ਧੰਨਵਾਦ ਸਾਰਿਆਂ ਦਾ ਬਾਈਆਂ ਦਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ 5 ਨੂੰ ਅਤੇ 26 ਤੇ 27 ਨੂੰ ਲਾ ਦਿਓ ਹੁਣ ਤੋਂ ਸੁਨੇਹੇ ਕਿ ਵੱਡੇ ਕਾਫਲੇ ਵੱਡੀ ਗਿਣਤੀ ਲੈ ਕੇ ਜਾਣੀ ਹੈ। ਮੈਂ ਫਿਰ ਕਹਿੰਦਾ ਵਾਰਕੀ ਉਹਦੇ ਉੱਤੇ ਕੱਲ੍ਹ ਨੂੰ ਟਰੈਕਟਰ ਰੈਲੀ ਹੈ ਜੀ ਕੱਲ੍ਹ ਨੂੰ ਨੌਜਵਾਨਾਂ ਇੱਕ ਟਰੈਕਟਰਾਂ ਦੀ ਰੈਲੀ ਰੱਖੀ ਗਈ ਹੈ ਇੱਥੋਂ ਕਿੱਧਰ ਨੂੰ ਜਾਣਾ 8:30 ਇੱਥੇ ਆਉਣਾ ਰਾਤ ਨੂੰ ਅੱਜ ਟਾਈਮ ਸਵੇਰੇ ਸਵੇਰੇ ਤੜਕੇ ਦਾ ਟਾਈਮ ਹੈ ਅਤੇ 2 ਤਰੀਕ ਨੂੰ ਇੱਥੇ ਸਿੰਘ ਸਾਹਿਬ ਭਾਈ ਤਾਂ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਆਉਣਾ ਰਣਜੀਤ ਸਿੰਘ ਆਪਣੇ ਸਾਬਕਾ ਜਹੇਦਾਰ ਜਿਹੜੇ ਹਾਂ ਉਹਨਾਂ ਨੇ ਆਉਣਾ ਅਤੇ 2 ਵਜੇ ਦੁਪਹਿਰੇ 2 ਵਜੇ ਉਹਨਾਂ ਦੇ ਵਿਚਾਰ ਵੀ ਸੁਣਨੇ ਆ ਬੜੇ ਬੇਸ਼ਕੀਮਤੀ ਵਿਚਾਰ ਹੁੰਦੇ ਨੇ ਅਤੇ ਬੜਾ ਵਧੀਆ ਲੱਗ ਰਿਹਾ ਹੈ ਬੜੇ ਸਮੇਂ ਬਾਅਦ ਐਂ ਗੱਲਾਂ ਗੁੱਲਾਂ ਕਰਨ ਨੂੰ ਦਿਲ ਕਰਦਾ ਕਿਉਂਕਿ ਜਦੋਂ ਐਂ ਸੁਣਨ ਵਾਲੇ ਹੋਣ ਨਾ ਉਹ ਖਾਸ ਕਰਕੇ ਜਵਾਨੀ ਜਿਹੜੀ ਕਦੇ ਸੁਣਦੀ ਨਹੀਂ ਹੁੰਦੀ ਮੈਂ ਕਾਲਜ ਪੜ੍ਹਦਾ ਸੀ ਨਾ ਮੈਂ ਧੱਕੇ ਨਾਲ ਘੇਰ ਕੇ ਬਹਾਉਂਦਾ ਹੁੰਦਾ ਸੀ ਵੀ ਆਓ ਰਿਹਾ ਇੱਧਰ ਅਸੀਂ ਬੈਠੇ ਗੱਲਾਂ ਕਰਨੀਆਂ ਨੇ ਉਹ ਧੱਕੇ ਨਾਲ ਮੇਰੇ ਅੱਧਾ 1.5 ਘੰਟਾ ਬਿਠਾਏ ਤੋਂ ਬਹਿ ਜਾਂਦੇ ਸੀ ਫਿਰ ਭੱਜ ਜਾਂਦੇ ਸੀ ਪਰ ਹੁਣ ਇਹ ਚੰਗੀ ਗੱਲ ਇਹ ਹੋ ਰਹੀ ਹੈ ਕਿ ਹੁਣ ਬਿਨਾਂ ਬੁਲਾਏ ਤੋਂ ਆਪ ਹੀ ਆ ਰਹੀ ਹੈ ਜਵਾਨੀ ਇਹ ਬਹੁਤ ਸੋਹਣੀ ਗੱਲ ਜਿਵੇਂ ਹਰਫ ਨੇ ਬੋਲਿਆ ਮੈਂ ਲੁਧਿਆਣੇ ਦੇਖਿਆ ਕਈ ਮੁੰਡੇ ਨਾ ਨਵੇਂ ਨੌਜਵਾਨ ਬਹੁਤ ਵਧੀਆ ਬੋਲਦੇ ਨੇ ਮੈਕ ਦੇ ਬਹੁਤ ਵਧੀਆ ਸਵਾਲਾਂ ਦੇ ਜਵਾਬ ਦਿੰਦੇ ਨੇ ਪੱਤਰਕਾਰਾਂ ਦੇ ਵਧੀਆ ਬੁਲਾਰੇ ਪੈਦਾ ਹੋ ਰਹੇ ਬਹੁਤ ਵਧੀਆ ਗੱਲ ਆ ਤੁਸੀਂ ਵੀ ਨੌਜਵਾਨ ਨੂੰ ਮੈਂ ਇਹੀ ਕਹਿਣਾ ਵੀ ਬਾਤਾਂ ਬਾਰੇ ਇੱਥੇ ਬੋਲਣਾ ਸਿੱਖਿਆ ਕਰੋ ਇੱਕ ਵਾਰੀ ਬੰਦੇ ਨੂੰ ਝੱਕਾ ਜਿਹਾ ਹੁੰਦਾ ਫਿਰ ਤਾਂ ਬੰਦਾ ਹੌਲੀ ਹੌਲੀ ਜਿਵੇਂ ਕਿਤਾਬਾਂ ਪੜ੍ਹੋਗੇ ਨਾ ਲਿਟਰੇਚਰ ਸਾਹਿਤ ਵਗੈਰਾ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਹੋ ਅਖਬਾਰ ਅਖਬੂਰ ਪੜ੍ਹਿਆ ਕਰੋ ਤਾਂ ਫਿਰ ਬੰਦੇ ਨੂੰ ਬੋਲਣਾ ਬਾਲਣਾ ਦੇ ਜਿਹੜੀ ਸਾਰਾ ਸਿੱਖਿਆ ਆ ਜਾਂਦੀ ਹੈ। ਧੰਨਵਾਦ ਜੀ।